ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

ਚਸੂਈ ਕਾਰ 797 340 ਪਟਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਛੋ ਜੋ ਪਟਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ ਮਾਡਲ ਟਾਊਨ ਪੁਚੋ ਵਿੱਚ 플ੌਟ ਲੈਂਡ ਲਈ ਸੰਪਰਕ ਕਰੋ 9998883600 ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ ਕੋ ਯਾਰ ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰੋ ਜੀ ਹਾਂ ਡ੍ਰੀਮ ਲਾਈਨਰ 익ਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਜ਼ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆਂ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਿਆਸ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ-ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ लैंडस्केपिंग ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟ੍ਰੱਕ ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਬਦਿਆ ਸਰਵਿਸ ਲਈ ਕੁਇਕ ਟ੍ਰੱਕ ਕਲੂਬ ਲੋਜੀ 3G ਲੋਕੇਸ਼ਨ ਵੀ ਖੋਲਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਕੁਇਕ ਟ੍ਰੱਕ ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ ja quicktruckclub.com qtl ਬਿਕੋਜ਼ ਵੀ ਕੇਅਰ Franklin we be truck repair uba city certified cummins detroit freightliner western star volvo caterpillar ate series 60 engines international automatic transmissions 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ ਇਹ ਇੰਜਨ ট্রাক ਟ੍ਰੇਲਰ AC ਇਲੈਕਟ੍ਰੀਕਲ DPF ਤੇ DEF ਰਿਪੇਅਰ ਕਰਦੇ ਹਨ ਟਰਾਂਸਮਿਸ਼ਨ ਰੀਅਰ ਐਂਡ ਬ੍ਰੇਕਸ ਔਇਲ ਚੇਂਜ ਕਰ ਦਿੰਦੇ ਹਨ ਸਰਟੀਫਾਈਡ 90 ਡੇ ਡੀਓਟੀ ਇਨਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇਨਸਪੈਕਸ਼ਨ ਕੀਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 5334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਜੀ ਦਾ ਸਵਾਗਤ ਹੈ ਮੈਂ ਜਸਪੀਤ ਸਿੰਘ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਤੇ ਇਸ ਵਾਰ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਨਾਲ ਜੋ ਖਬਰਾਂ ਦੇ ਉਪਰਚਾਤ ਪਉਣਗੇ ਤੇ ਉਹਨਾਂ ਦੇ ਮਗਰਲੀ ਸੱਚਾਈਆਂ ਹਨ ਉਹ ਵੀ ਸਾਡੇ ਸਾਹਮਣੇ ਲੈ ਕੇ ਆਉਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਬਖਤੌਰ ਸਿੰਘ ਤੇ ਦੋਜੀ ਦਾ ਜੀ ਟਰਲੋ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਮਿਹਰਬਾਨੀ ਜੀ ਤੋਂ ਹੁਣ ਅਸੀਂ ਖਬਰਾਂ ਦੇ ਪਰਚੋਲ ਦੇ ਵੱਲ ਵੀ ਵਧਾਂਗੇ ਤੇ ਖਬਰ ਹੈ ਕਿ ਕਿਸਾਨਾਂ ਦੇ ਦਬਾਅ ਅੱਗੇ ਝੁਕੀ ਖੱਟਰ ਸਰਕਾਰ ਸੋ ਕਿੱਥੇ ਝੁਕਣਾ ਪੈ ਗਿਆ ਜੀ ਖੱਟਰ ਸਰਕਾਰ ਨੂੰ ਦੇਖੋ ਖੱਟਰ ਸਰਕਾਰ ਇੱਕ ਜੇਹੀ ਸਰਕਾਰ ਹੈ ਜਿਹੜੀ ਸਰਕਾਰ ਡੇਵੰਤ ਤੋਂ ਕਿਸਾਨਾਂ ਦੇ ਅੰਦੋਲਨ ਦੀ ਘੋਰ ਵਿਰੋਧੀ ਹੈ ਜੀ ਇਹ ਕਿਸਾਨ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਜੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਇੱਕ ਸੰਘਰਸ਼ ਵਿੜਿਆ ਤੇ ਉਸ ਸੰਘਰਸ਼ ਦੇ ਵਿੱਚ ਪਹਿਲਾਂ ਹਰਿਆਣਾ ਦੇ ਲੋਕ ਫਿਰ ਦਿੱਲੀ ਦੇ ਕਿਸਾਨ ਕਰਦੇ ਕਰਦੇ ਕਾਫਲਾ ਵੱਧ ਆ ਗਿਆ ਤੇ ਵਾਧਾ ਵਾਧਾ ਦੇ ਕਾਫਲਾ ਦੇਸ਼ ਵਿਆਪੀ ਹੋ ਗਏ ਜੀ ਤੇ ਕੱਲ ਨੂੰ ਹੈਗੀ ਐ 26 ਮਈ ਜੀ ਕੱਲ ਦੇ ਦਿਨ ਇਹਨਾਂ ਨੂੰ 6 ਮਹੀਨੇ ਹੋ ਜਾਣਗੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਨੂੰ ਕਿਸਾਨ ਜਦੋਂ ਦਿੱਲੀ ਨੂੰ ਤੁਰੇ ਸੀ ਉਦੋਂ ਇਹ ਕਹਿ ਕੇ ਤੁਰੇ ਸੀ ਕਿ ਇਨਸਾਫ ਲੈ ਬਗੈਰ ਵਾਪਸ ਨਹੀਂ ਮੁੜਾਂਗੇ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲੇ 6-6 ਮਹੀਨਿਆਂ ਦਾ ਰਾਸ਼ਨ ਹੈਗਾ 6 ਮਹੀਨਿਆਂ ਤੱਕ ਤਾਂ ਸਾਨੂੰ ਕੋਈ ਲੋੜ ਨਹੀਂ ਤੇ ਉਸ ਤੋਂ ਬਾਅਦ ਦੇਖਾਂਗੇ ਇਹ ਕਿਸਾਨ ਭਾਈਚਾਰੇ ਦੀ ਦ੍ਰਿੜਤਾ ਤੇ ਉਹਨਾਂ ਪ੍ਰਤੀ ਲੋਕਾਂ ਦੀ અપਾਰ ਜਿਹੜੀ ਹੈਗੀ ਕਿਰਪਾ ਦਾ ਨਤੀਜਾ ਹੈ ਜੀ ਕਿ ਉਹਨਾਂ ਦੇ ਕੋਲੇ ਜਿਹੜਾ ਆਪਣਾ ਰਾਸ਼ਨ ਉਹ ਬੰਨੇ ਦਾ ਬੰਨੇ ਹੀ ਰਹਿ ਗਿਆ ਸੀ ਜੀ ਤੇ ਬੇਮਹਾਰਾ ਆਪ ਮਹਾਰਾ ਪਤਾ ਨਹੀਂ ਕਿੰਨਾ ਕਿਰਾਸ਼ਨ ਕਿੰਨਿਆਂ ਕਿਥਾਂ ਮ ਤੋਂ ਪਹੁੰਚ ਗਿਆ ਸੀ ਜੀ ਜਿਹੜੇ ਬਜ਼ੁਰਗ ਗਏ ਸੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਮਤਲਬ ਬਾਦਾਮ ਨਹੀਂ ਖਾਦੇ ਸੀ ਉਹਨਾਂ ਨੂੰ ਬਾਦਾਮ ਤੇ ਛੋਲਿਆਂ ਦੇ दाणे ਵਗੈਰਾ ਉਹ ਸਾਰੇ ਕੁਝ ਉੱਥੇ ਮਿਲਣ ਲੱਗੇ ਸੀ ਸੋ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਤੁਹਾਡੇ ਧਿਆਨ ਚ ਹੋਣਾ ਕਿ ਪਹਿਲਾ ਇਹ ਅੰਦੋਲਨ ਪੰਜਾਬ ਦੇ ਵਿੱਚ ਸੀ ਕਦੇ ਰੇਲਾ ਰੁਕੀਆਂ ਹੋਈਆਂ ਸੀ ਲਗਭਗ ਸਾਰੀਆਂ ਰੇਲਵੇ ਰੇਲਾ ਰੁਕੀਆਂ ਹੋਈਆਂ ਸੀ ਜੀ ਫਿਰ ਹੌਲੀ-ਹੌਲੀ ਇਹਨਾਂ ਦੀਆਂ ਮੀਟਿੰਗਾਂ ਪੰਜਾਬ ਸਰਕਾਰ ਨਾਲ ਹੋਣ ਲੱਗੀਆਂ ਪੰਜਾਬ ਸਰਕਾਰ ਨੇ ਸਮਝਾਇਆ ਕਿ ਰੇਲਾ ਵਗੈਰਾ ਰੋਕ ਕੇ ਅਸੀਂ ਆਪਣੇ ਪੈਰ ਕੋਹਾੜਾ ਆਪ ਮਾਰਦੇ ਆਂ ਪੰਜਾਬ ਦਾ ਨੁਕਸਾਨ ਕਰਦੇ ਆਂ ਤੁਹਾਡੀ ਲੜਾਈ ਭਾਰਤ ਸਰਕਾਰ ਨਾਲ ਅਤੇ ਭਾਰਤ ਸਰਕਾਰ ਨਾਲ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਫਿਰ ਕਿਸਾਨਾਂ ਦਾ ਦੇ ਕਾਫਲੇ ਜਦੋਂ ਦਿੱਲੀ ਨੂੰ ਜਾਣ ਲੱਗੇ ਜਸਪਰੀ ਤੁਹਾਡੇ ਧਿਆਨ ਚ ਹੁਣ ਤੁਸੀਂ ਦੇਖਿਆ ਹੋਣਾ ਉਸ ਵੇਲੇ ਹਾਂਜੀ ਹਾਂਜੀ ਉਹਨਾਂ ਕਾਫਲੇ ਨੂੰ ਰੋਕਣ ਵਾਸਤੇ ਖੱਟਰ ਸਰਕਾਰ ਨੇ ਕਹਿਰਾ ਦਾ ਤਸ਼ੱਦਦ ਕੀਤਾ ਸੀ ਬਿਲਕੁਲ ਜੀ ਬਜ਼ੁਰਗ ਲੋਕਾਂ ਦੇ ਉੱਪਰ ਜਿਹੜੇ ਹੈਗੇ ਤੁਸੀਂ ਦੇਖੋ ਕਿ ਅੱਜ ਤੋਂ 6 ਮਹੀਨੇ ਪਹਿਲਾ ਮੌਸਮ ਕਿਹੋ ਜਿਹਾ ਸੀ ਠੰਡਾ ਮੌਸਮ ਸੀ ਜੀ ਔਰ ਉਸ ਠੰਡੇ ਮੌਸਮ ਦੇ ਵਿੱਚ ਉਹਨਾਂ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਗਈਆਂ ਥਾਂ-ਥਾਂ ਵੈਰੀਕੇਡ ਲਾਏ ਗਏ ਵੈਰੀਕੇਡ ਲਾ ਕੇ ਲਾਠੀ ਚਾਰਜ ਕੀਤੇ ਗਏ ਇਥੋਂ ਤੱਕ ਜਿਹੜੇ ਟਿਪ ਰੈਕ ਰੀਤੀ ਦੇ ਪਰ ਪਰ ਕੇ ਟਿਪਰ ਖੜੇ ਕੀਤੇ ਗਏ ਬੇ ਮੁਹਾਰੀਆਂ ਜਿਹੜੀਆਂ ਜਿਹਨੂੰ ਆਪਾਂ ਕਹਿੰਦੀਏ ਔਕੜਾਂ ਖੜੀਆਂ ਕੀਤੀਆਂ ਗਈਆਂ ਜੀ ਤੇ ਅਲਟੀਮੇਟਲੀ ਜਦੋਂ ਕਿਸਾਨਾਂ ਦਾ ਕਾਫਲਾ ਵਧਦਾ ਗਿਆ ਤੇ ਵਧਦਾ-ਵਧਦਾ ਉਹ ਕਾਫਲਾ ਦਿੱਲੀ ਦੀਆਂ ਬਰੂਹਾਂ ਦੇ ਨੇੜੇ ਜਾ ਟੁੱਕਾ ਸੀ ਤੇ ਉਸ ਵੇਲੇ ਜੀਸੀਬੀ ਮਸ਼ੀਨਾਂ ਦੇ ਨਾਲ ਸੜਕਾਂ ਵੀ ਪੁੱਟੀਆਂ ਗਈਆਂ ਸੀ ਔਰ ਬਾਅਦ ਦੇ ਵਿੱਚ ਫਿਰ ਇਲਜ਼ਾਮ ਇਹ ਲਾ ਦਿੱਤਾ ਸੀ ਕਿ ਜੀ ਇਹ ਪੰਜਾਬ ਦੇ ਕਿਸਾਨ ਹੈ ਜਿੰਨਾ ਕਿਸਾਨਾਂ ਨੇ ਮਾਹੌਲ ਨੂੰ ਖਰਾਬ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਜਵਾਬ ਦਿੱਤਾ ਸੀ ਕਿ ਗੁਰਨਾਮ ਸਿੰਘ ਚੜੂਨੀ ਕੌਣ ਹੈ ਜਰਾ ਕਿ ਇਹਦਾ ਪਤਾ ਕਰ ਲੋ ਜੀ ਉਹਨੇ ਕਹਿ ਸੀ ਕਿ ਜਿੰਨੇ ਲੋਕ ਇਸ ਵੇਲੇ ਦਿੱਲੀ ਦੇ ਬਾਡਰਾਂ ਤੇ ਬੈਠੇ ਐ ਉਹਨਾਂ ਲੋਕਾਂ ਦੇ ਵਿੱਚੋਂ 50 ਹਜ਼ਾਰ ਦੇ ਕਰੀਬ ਜਿਹੜੇ ਐ ਹਰਿਆਣਾ ਦੇ ਕਿਸਾਨ ਐ ਪਰ ਉਹ ਕੋਨਾ ਮਾਨੂੰ ਕਹਿ ਰਿਆ ਸੀ ਕਿ ਨਹੀਂ ਅੱਜ ਹਾਲਤ ਕੀ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਇੱਕ ਮੁੱਠ ਹੈ ਨਿੱਕੇ ਮੋਟੇ ਮਤਭੇਦ ਹੁੰਦੇ ਆ ਲੇਕਿਨ ਉਹ ਇਸ ਅੰਦੋਲਨ ਨੂੰ ਲੈ ਕੇ ਸਾਰਿਆਂ ਇਕੱਟਾ ਕਰ ਲੇਕਿਨ ਜੇ ਆਪਾਂ ਹਰਿਆਣੇ ਦੀ ਗੱਲ ਦੇਖੀ ਤਾਂ ਹਰਿਆਣੇ 'ਚ ਮੈਨੂੰ ਨਹੀਂ ਪਤਾ ਵੀ ਉੱਥੇ ਯੂਨੀਅਨਾਂ ਕਿੰਨੀਆਂ ਜਥੇਬੰਦੀਆਂ ਕਿੰਨੀਆਂ ਲੇਕਿਨ 1 ਲੀਟਰ ਉੱਥੇ ਉੱਪਰ ਕੇ ਸਾਹਮਣੇ ਉਹਦਾ ਜਿਹਦਾ ਨਾਂ ਗੁਰਨਾਮ ਸਿੰਘ ਚੜੂਨੀ ਬਿਲਕੁਲ ਜੀ ਗੁਰਨਾਮ ਸਿੰਘ ਚੜੂਨੀ ਇੱਕ ਸ਼ਤਰ ਲੀਡਰ ਆ ਉਹਨਾਂ ਦਾ ਔਰ ਹੋਰ ਵੀ ਲੀਡਰ ਤਾਂ ਬਥੇਰੇ ਹੋਣਗੇ ਲੇਕਿਨ ਮੇਨ ਚੀਜ਼ ਉਹ ਆ ਬਹੁਤ ਭਜ ਨਟਕ ਕਰਦੇ ਆ ਗੁਰਨਾਮ ਸਿੰਘ ਚੜੂਨੀ ਹੋਰੀ ਔਰ ਉਹ ਅੰਦੋਲਨ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਅੰਦੋਲਨ ਇਹ ਸੀ ਕਿ ਬੈਸੇ ਤੇ ਨੈਸ਼ਨਲ ਲੈਵਲ ਤੇ ਉੱਤੀ ਫੈਸਲਾ ਸੀ ਜਿਹੜਾ ਇਹਨਾਂ ਦਾ ਸੰਜੁਕਤ ਕਿਸਾਨ ਮੋਰਚਾ ਹੈ ਕਿ ਬੀਜੇਪੀ ਦੇ ਲੀਡਰ ਜਦੋਂ ਵੀ ਕਿਤੇ ਲੋਕਾਂ ਦੇ ਵਿੱਚ ਵਿਚਰਨਗੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜੀ ਬੀਜੇਪੀ ਦੀ ਮਦਦ ਕਰਨ ਵਾਲੀ ਕੋਈ ਵੀ ਪੋਲੀਟੀਕਲ ਪਾਰਟੀ ਉਹਦਾ ਵੀ ਵਿਰੋਧ ਕੀਤਾ ਜਾਊਗਾ ਕਾਂਗਰਸ ਪਾਰਟੀ ਖੱਟਰ ਸਰਕਾਰ ਦੇ ਖਿਲਾਫ ਬੇਵਸਾਹੀ ਮਤਾ ਲੈ ਕੇ ਆਈ ਸੀ ਹਾਂਜੀ ਉਹ ਸਰਕਾਰ ਡਿੱਗਦਿਆਂ ਡਿੱਗਦਿਆਂ ਬਚੀ ਸੀ ਕਿਉਂਕਿ ਜੀ ਜੇਪੀ ਜਨਨੈਕ ਜਨਤਾ ਪਾਰਟੀ ਜੀ ਦਾ ਮੁਖੀ ਮਿਸਟਰ ਚਟਾਲਾ ਹੈ ਹਾਂਜੀ ਦੁਸ਼ਯੰਤ ਸਿੰਘ ਚਟਾਲਾ ਬੈਸੇ ਤ ਉਹਦਾ ਫਾਦਰ ਮੁਖੀ ਹੈ ਪਰ ਉਹਦਾ ਫਾਦਰ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਅਸਲ ਵਿੱਚ ਕਾਰਜਕਾਰੀ ਮੁਖੀ ਉਹ ਹੀ ਹੈ ਅਮਨੀ ਮੁਖੀ ਹੋਈ ਹੈ ਉਹ ਡਿਪਟੀ ਮੁੱਖ ਮੰਤਰੀ ਤੇ ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ ਨਤੀਜਾ ਇਹ ਹੋ ਗਿਆ ਕਿ ਉਹ ਸਰਕਾਰ ਬਚ ਗਈ ਫਿਰ ਇਹ ਫੈਸਲਾ ਕਰ ਲਿਆ ਕਿ ਕੱਲੀ ਬੀਜੇਪੀ ਹੀ ਨਹੀਂ ਸਗੋਂ ਜੇ ਜੇਪੀ ਦੇ ਲੀਡਰਾਂ ਨੂੰ ਵੀ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਊਗਾ ਤੇ ਅਸੀਂ ਦੇਖਦੇ ਕੀ ਹੈ ਕਿ ਜਿੱਥੇ ਜਜਪੀ ਦੇ ਲੀਡਰ ਜਾਂਦੇ ਆ ਜਾਂ ਬੀਜੇਪੀ ਦੇ ਲੀਡਰ ਜਾਂਦੇ ਆ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਆ ਪਿਛਲੇ ਸਮੇਂ ਦੇ ਦੌਰਾਨ ਮਿਸਟਰ ਮਨੋਰਾਲ ਖੱਟਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਐ ਔਰ ਦੁਸ਼ਯੰਤ ਸਿੰਘ ਚਿਟਾਲਾ ਇਹਨਾਂ ਨੇ ਵਾਰ-ਵਾਰ ਕੋਸ਼ਿਸ਼ ਕੀਤੀ ਕਿ ਹਰਿਆਣਾ ਚ ਵੜਿਆ ਜਾਵੇ ਲੇਕਿਨ ਹਰ ਵਾਰ ਇਹਨਾਂ ਦਾ ਫਰੋਜ਼ ਹੁੰਦਾ ਸੀ ਪਹਿਲਾਂ ਜੇ ਆਪਾਂ ਦੇਖੀਏ ਅੰਬਾਲਾ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਸੀ ਹਾਂਜੀ ਉੱਥੇ ਪਹੁੰਚ ਕੇ ਸੀਗੇ ਖੱਟਰ ਸਾਹਿਬ ਤੇ ਖੱਟਰ ਸਾਹਿਬ ਨੂੰ ਕਿਸਾਨਾਂ ਨੇ ਜਦੋਂ ਉੱਥੇ ਘੇਰੇ ਦੇ ਚ ਲਿਆ ਉਦੋਂ ਬਦਲਵੇਂ ਰਾਹਾਂ ਦੇ ਰਾਹੀ ਉਹਨਾਂ ਨੂੰ ਭੱਜਣਾ ਪੈ ਗਿਆ ਸੀ ਭੱਜ ਕੇ ਕਿਤੇ ਹੋਰ ਗਏ ਸੀ ਬਾਅਦ ਦੇ ਵਿੱਚ ਖੱਟਰ ਸਾਹਿਬ ਜਦੋਂ ਵੀ ਹਰਿਆਣੇ ਚ ਆਉਣ ਦਾ ਯਤਨ ਕਰਦੇ ਜੇ ਉਹ ਹੈਲੀਕਾਪਟਰ ਦੇ ذریعے ਆਉਂਦੇ ਸੀ ਤਾਂ ਉਹਨਾਂ ਦਾ ਜਿੱਥੇ ਹੈਲੀਪੈਡ ਬਣਾਇਆ ਜਾਂਦਾ ਸੀ ਉਹ ਸੈਲੀਪੈਡ ਨੂੰ ਕਿਸਾਨ ਪੁੱਟ ਦਿੰਦੇ ਸੀ ਜੇ ਉਹ ਸੜਕ ਦੇ ਰਸਤੇ ਆਉਂਦੇ ਸੀਗੇ ਤਾਂ ਕਿਸਾਨ ਸੜਕ ਦਾ ਰਸਤਾ ਜਾਮ ਕਰ ਦਿੰਦੇ ਸੀ ਜੀ ਫਿਰ ਇੱਕ ਦੋ ਵਾਰੀ ਇਹ ਹੋਇਆ ਕਿ ਕਿਸੇ ਨੇ ਕਿਸੇ ਜ਼ਿਲ੍ਹੇ ਹੈੱਡਕੁਆਟਰ ਦੀ ਪੁਲਿਸ ਲਾਈਨ ਦੇ ਵਿੱਚ ਆ ਕੇ ਉਤਰ ਲਾਗੇ ਪੁਲਿਸ ਲਾਈਨ ਦੇ ਵਿੱਚ ਉਤਰਤਾ ਪੈਂਦੇ ਸੀ ਉਹਨਾਂ ਨੂੰ ਅਗਾਹ ਨਹੀਂ ਜਾਣ ਦਿੱਤਾ ਜਾਂਦਾ ਸੀ ਹੁਣ ਪਿਛਲੇ ਦਿਨਾਂ ਦੇ ਵਿੱਚ 16 ਮਈ ਦਾ ਦਿਨ ਸੀ ਜੀ ਹਿਸਾਰ ਦੇ ਵਿੱਚ ਇੱਕ ਉਹਨਾਂ ਨੇ ਆਰਜੀ ਰਪ ਹਸਪੀਟਲ ਬਣਾਉਣਾ ਸੀ ਕੋਵਿਡ-19 ਨੂੰ ਦੇਖਦਿਆਂ ਉਹਦੀ ਦਾ ਨੀ ਪੱਥਰ ਰੱਖਣ ਵਾਸਤੇ ਖਟਰਸਾਬ ਆਏ ਆਏ ਕਾਸਤੇ ਉਹ ਆਏ ਸੀ ਹੈਲੀਕਾਪਟਰ ਤੇ ਲੇਕਿਨ ਕਿਸਾਨਾਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਆਏ ਐ ਤੇ ਆਪਾਂ ਉਹਨਾਂ ਦਾ ਵਿਰੋਧ ਕਰਨ ਤੇ ਕਿਸਾਨਾਂ ਨੇ ਬੜੀ ਵੱਡੀ ਤਦਾਦ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਉਸ ਵੇਲੇ ਕਿਸਾਨਾਂ ਨੂੰ ਰੋਕਣ ਵਾਸਤੇ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਲਾਠੀ ਚਾਰਜ ਵਗੈਰਾ ਵੀ ਹੋਇਆ ਉਹ ਤੋਂ ਪਹਿਲਾਂ ਵੀ ਇੱਕ ਵਾਰੀ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਉਦੋਂ ਵੀ ਟੈਂਟ ਲੱਗ ਗਈ ਸੀ ਹਾਲੇ ਤੱਕ ਉਹਨਾ ਸੀ ਕਟਰ ਸਾਹਿਬ ਨੇ ਤੇ ਕਿਸਾਨਾਂ ਨੇ ਜਾ ਕੇ ਟੈਂਟ ਵੀ ਪਟੜਤੀ ਸੀ ਹਾਂਜੀ ਹਾਂਜੀ ਬਿਲਕੁਲ ਮੰਚ ਵੀ ਪਟਦਾ ਸੀ ਤੇ ਮੰਚ ਦੇ ਉੱਤੇ ਜਿਹੜੇ ਸੋਫੇ ਵਗੈਰਾ ਪਏ ਸੀ ਉਹਨਾਂ ਨੂੰ ਚਲਾ ਚਲਾ ਕੇ ਮੂਹਦੇ ਸਿੱਧੇ ਕਰਕੇ ਧਰਤੀ ਧਲੇ ਮਾਰੇ ਸੀ ਜੀ ਉਹਨਾਂ ਦੀ ਟੁੱਟਪੱਜ ਵੀ ਹੋ ਗਈ ਸੀ ਕੁਰਸੀਆਂ ਵੀ ਤੋੜਤੀਆਂ ਸੀ ਇੱਥੇ ਕਿਸਾਨ ਪਹੁੰਚਦਾ ਨਹੀਂ ਸਕੇ ਨੇੜੇ ਲੇਕਿਨ ਕਿਸਾਨਾਂ ਨੇ ਇਹ ਹਾਲਾਤ ਬਣਾ ਦਿੱਤੇ ਸੀ ਕਿ ਮੁੱਖ ਮੰਤਰੀ ਨੂੰ ਉੱਥੋਂ ਵੀ ਪਜਣਾ ਪੈ ਗਿਆ ਹਾਂਜੀ ਫਿਰ ਕੀ ਹੋਇਆ ਪੁਲਿਸ ਨੇ 350 ਕਿਸਾਨਾਂ ਦੇ ਖਿਲਾਫ ਅਰਾਧਕ ਕਤਲ ਵਰਗੇ ਮੁਕਦਮੇ ਦਰਜ ਕਰ ਲਏ। ਔਰ ਕਈ ਸਾਰੇ ਲੋਕ ਹੈ ਜਿਹੜੇ ਗ੍ਰਿਫਤਾਰ ਕਰ ਲਏ। ਕਈ ਜਿਹੜੇ ਫੱਟੜ ਹੋਏ ਸੀ ਉਹ ਹਸਪਤਾਲਾਂ ਦੇ ਵਿੱਚ ਦਾਖਲ ਹੈ ਅੱਜ ਵੀ ਦਾਖਲ ਹੈ। ਫਿਰ ਕੀ ਹੋਇਆ ਕਿਸਾਨਾਂ ਨੇ ਫਿਰ ਫੈਸਲਾ ਕਰ ਲਿਆ ਕਿ ਇਹ ਮੁਕਦਮੇ ਝੂਠੇ ਹੈ। ਅਸੀਂ ਪ੍ਰੋਟੈਸਟ ਕਰਦੇ ਹਾਂ ਭਾਰਤੀ ਸੰਵਿਧਾਨ ਨੇ ਸਾਨੂੰ ਪ੍ਰੋਟੈਸਟ ਕਰਨ ਦਾ ਰਾਈਟ ਦਿੱਤਾ ਹੈ। ਜੀ। ਮੁਕਦਮੇ ਆਪਣੇ ਵਾਪਸ ਲੈ ਲੋ ਨਹੀਂ ਤਾਂ ਫਿਰ ਤਿੱਖਾ ਸੰਘਰਸ਼ ਕਰਾਂਗੇ। ਉਹਨਾਂ ਨੇ ਮੁਕਦਮੇ ਵਾਪਸ ਨਹੀਂ ਲਏ। ਫਿਰ ਇਹ ਹੋ ਗਿਆ ਵੀ ਚਲੋ ਠੀਕ ਹੈ ਜੀ। ਕੱਲ 24 ਮਈ ਸੀ। 24 ਮਈ ਦਾ ਦਿਨ ਰੱਖ ਲਿਆ 24 ਮਈ ਦੇ ਦਿਨ ਕਿਸਾਨਾਂ ਨੇ ਫਿਰ ਬੜੀ ਵੱਡੀ ਤعداد ਦੇ ਵਿੱਚ ਜਿਹੜਾ ਸੈਕਟਰੀਏਟ ਹੈ ਹਸਾਰ ਦਾ ਉਹਨੂੰ ਘੇਰ ਲਿਆ ਹਿੱਆ ਕਰ ਲਿਆ ਉਸ ਅੰਦੋਲਨ ਨੂੰ ਅਸਫਲ ਕਰਨ ਵਾਸਤੇ ਇਸ ਮੋਰਚੇ ਨੂੰ ਅਸਫਲ ਕਰਨ ਵਾਸਤੇ ਬਹੁਤ ਵੱਡੀ ਪੱਧਰ ਦੇ ਉੱਤੇ ਸਕਿਉਰਿਟੀ ਫੋਰਸ ਦਾ ਪ੍ਰਬੰਧ ਕੀਤਾ ਗਿਆ ਪਾਰਾਮਿਲਟਰੀ ਫੋਰਸ ਲਾਈ ਗਈ CRPF BSF ਵਗੈਰਾ ਲਾਇਆ ਗਿਆ ਕਈ ਕਿਸਮ ਦੀਆਂ ਹੋਰ ਆਰਗੇਨਾਈਜੇਸ਼ਨਸ ਹੋ ਲੱਗੀਆਂ ਗੰਗਾ ਸਟਰੀਟ ਪੁਲਿਸ ਨੂੰ ਅਲਰਟ ਕਰਤਾ ਕਿ ਜੀ ਆਪਾਂ ਇਹਨਾਂ ਨੂੰ ਨਹੀਂ ਆਉਣ ਦੇਣੀ ਜਿੱਥੇ-ਜਿੱਥੇ ਟੋਲ ਪਲਾਜ਼ਾਂ ਤੇ ਕਿਸਾਨ ਬੈਠੇ ਸੀ ਉਹਨਾਂ ਦੀ ਘੇਰੀਬੰਦੀ ਘੇਰਾਬੰਦੀ ਕਰ ਲਈ ਲੇਕਿਨ ਕਿਸਾਨ ਨਾ ਝੁਕੇ ਤੇ ਨਾ ਰੁਕੇ ਉਹ ਵੱਧੇ ਹੀ ਤੁਰ ਗਏ ਤੇ ਉਹਨਾਂ ਨੇ ਜੀ ਅਖੀਰ ਫਿਰ ਜਿਹੜਾ ਸਖਤ ਰਹਿਤ ਹੈ ਉਹਨੂੰ ਘੇਰਾ ਪਾਲਿਆ ਹਸਾਰ ਦਾ ਸਖਤ ਰਹਿਤ ਘੇਰਾ ਪਾਲੇ ਤੇ ਘੇਰਾ ਪਉਣ ਤੋਂ ਬਾਅਦ ਫਿਰ ਪ੍ਰਸ਼ਾਸਨ ਵੀ ਹੁਣ ਕਰਗੀ ਕੀ ਫਿਰ ਉਹਨਾਂ ਨੇ ਕਿਹਾ ਜੀ ਗੱਲਬਾਤ ਕਰ ਲਈ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਨੇ ਗੱਲਬਾਤ ਦਾ ਸੱਦਾ ਪ੍ਰਵਾਨ ਕੀਤਾ 2 ਘੰਟੇ ਲਗਾਤਾਰ ਮੀਟਿੰਗ ਚੱਲੀ ਅੱਛਾ ਜੀ ਔਰ ਇਸ 2 ਘੰਟੇ ਦੀ ਮੀਟਿੰਗ ਤੋਂ ਬਾਅਦ ਨਤੀਜਾ ਕੀ ਨਿਕਲਿਆ ਕਿ ਜਿਹੜੀ ਸਰਕਾਰ ਨੇ ਥੁੱਕਿਆ ਸੀ ਉਹ ਥੁੱਕਿਆ ਚੁੱਟ ਚੱਟ ਲਿਆ ਉਹ ਕਹਿੰਦੇ ਜੀ ਜਿੰਨਾ ਬੰਦਿਆਂ ਦੇ ਖਿਲਾਫ ਮੁੱਖ ਮੰਤਰੀ ਦਾ ਵਿਰੋਧ ਕਰਨ ਬਦਲੇ 307 ਦੀ ਐਫ ਆਈ ਆਰ ਦਰਜ ਸੀ ਉਹ ਐਫ ਆਈ ਆਰ ਅਸੀਂ ਵਾਪਸ ਲੈ ਲਵਾਂਗੇ ਔਰ ਉਹ ਵਾਪਸ ਲੈ ਕੇ ਉਹਨਾਂ ਦੇ ਖਿਲਾਫ ਕੋਈ ਮੁਕਦਮਾ ਨਹੀਂ ਹੋਊਗਾ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਚਲੋ ਕੋਈ ਗੱਲ ਨਹੀਂ ਕਿਸਾਨ ਕਹਿੰਦੇ ਗੱਲ ਇੱਥੇ ਨਹੀਂ ਮੁਕਦੀ ਇਦੋਂ ਅੱਗੇ ਵੀ ਤੁਹਾਨੂੰ ਕੁਝ ਕਰਨਾ ਪੈਣਾ ਔਰ ਉਹ ਕੀ ਕਰਨਾ ਪੈਣਾ ਉਹ ਹੈ ਕਿ ਜਿਹੜੇ ਪਹਿਲੇ ਪਰਚੇ ਦਰਜ ਹੋਏ ਹੈ ਦੇ ਵੰਤੂ ਕਿੰਨੇ ਮੁਕਦਮੇ ਦਰਜ ਹੋਏ ਉਹ ਵੀ ਵਾਪਸ ਲੈ ਲੋ ਉੱਥੇ ਫਿਰ ਪ੍ਰਸ਼ਾਸਨ ਨੇ ਉੱਪਰ ਰਹਿ ਕੀਤੀ ਰਹਿ ਮਸ਼ਵਰਾ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਪ੍ਰੋਸਾਧ ਹੋਇਆ ਕਿ 1 ਮਹੀਨੇ ਦੇ ਵਿੱਚ ਵਿੱਚ ਅਸੀਂ ਉਹ ਮੁਕਦਮੇ ਵੀ ਵਾਪਸ ਲੈ ਲਾਂਗੇ ਜੀ ਔਰ ਇਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਖੱਟਰ ਸਰਕਾਰ ਨੇ ਬੜਾ ਕੁਝ ਕੀਤਾ ਸੀ ਬਿਲਕੁਲ ਜੀ ਪਿਛਲੇ ਦਿਨਾਂ ਦੇ ਵਿੱਚ ਖੱਟਰ ਸਰਕਾਰ ਨੇ ਕੁਝ ਪਿੰਡਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਜਨਤਕ ਕੀਤੀਆਂ ਕਿ ਇਹਨਾਂ ਪਿੰਡਾਂ ਦੇ ਵਿੱਚ ਹੀ ਕਰੋਨਾ ਜਿਆਦਾ ਫੈਲਿਆ ਹੋਇਆ ਤੇ ਫਿਰ ਅਗਲਾ ਉਹਦਾ ਇਹ ਕੱਢਿਆ ਬਹਾਨਾ ਕਿ ਇਹਨਾਂ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਟਿਕਰੀ ਬਾਰਡਰ ਤੇ ਗਏ ਸੀ ਸਿੰਘੂ ਆਰਡਰ ਤੇ ਗਏ ਸੀ ਉੱਥੋਂ ਕਰੋਨਾ ਲੈ ਕੇ ਆਏ ਸੋ ਬਦਰਾਮ ਕਰਨ ਦਾ ਵੀ ਯਤਨ ਕੀਤਾ ਲੇਕਿਨ ਕਿਸਾਨਾਂ ਦਾ ਏਕਾ ਐਡਾ ਮਜ਼ਬੂਤ ਹੈ ਕਿ ਉਹਦੇ ਸਾਹਮਣੇ ਹੁਣ ਹਰਿਆਣਾ ਸਰਕਾਰ ਟਿਕ ਨਹੀਂ ਸਕਦੀ ਜਿਸ ਹਰਿਆਣਾ ਸਰਕਾਰ ਨੇ ਜ਼ੁਲਮੋ ਤਸ਼ੱਦਦ ਦਾ ਦੌਰ ਦੌਰਾਂ ਸ਼ੁਰੂ ਕੀਤਾ ਸੀ ਅੱਜ ਉਹ ਸਰਕਾਰ ਐਨੇ ਪੁੱਠਪੈਰੀ ਹੋਈ ਵੀ ਹੈ ਕਿ ਪਹਿਲਾਂ ਥੁੱਕਦੀ ਹੈ ਤੇ ਫਿਰ ਚੜਦੀ ਹੈ ਬੁਰਾ ਹਾਲ ਤੇ ਬੰਕੇ ਦਿਹਾੜੇ ਹੋਏ ਵੀ ਹੈ ਲੇਕਿਨ ਕਿਸਾਨਾਂ ਦਾ ਜਿਹੜਾ ਹੈਗਾ ਹੌਸਲਾ ਉਹ ਪੂਰੀ ਤਰ੍ਹਾਂ ਬਲੰਦਾ ਹੈ ਇੱਥੇ ਜੀ ਵੀ ਇੱਥੇ ਵੀ ਜੇ ਆਪਾਂ ਦੇਖੀਏ ਤਾਂ ਕੱਲ ਜਿਹੜਾ ਐਡਾ ਵੱਡਾ ਪ੍ਰੋਟੈਸਟ ਸੀ ਉਸ ਪ੍ਰੋਟੈਸਟ ਦੇ ਵਿੱਚ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਆਏ ਉਹਨਾਂ ਲੀਡਰਾਂ ਨੂੰ ਪਤਾ ਲੱਗਦਾ ਕਿ ਉਹਦੀ ਮਹਾਨਤਾ ਕਿੰਨੀ ਸੀ ਉਹਦਾ ਮਹੱਤਵ ਕਿੰਨਾ ਸੀ ਔਰ ਕਿਸਾਨਾਂ ਨੇ ਉਹਨੂੰ ਕਿੱਡਾ ਵੱਡਾ ਬਹਾਦਰਪੂਰਨ ਦਿੱਤਾ ਨੈਸ਼ਨਲ ਲੀਡਰਸ਼ਿਪ ਨੇ ਮਿਸਟਰ ਬਲਵੀਰ ਸਿੰਘ ਰਾਜੇਵਾਲ ਜਿਹੜੇ ਇਸ ਵੇਲੇ ਭਾਰਤ ਦੇ ਕਿਸਾਨ ਭਾਈਚਾਰੇ ਦੇ ਇੱਕ ਵੱਡੇ ਲੀਡਰ ਵਜੋਂ ਉੱਭਰੇ ਉਹ ਵੀ ਆਏ ਹੋਏ ଥିଲେ ਮਿਸਟਰ ਕਿਸ਼ਟ ਕੈਥ ਵੀ ਆਏ ਹੋਏ ਸਰਦਾਰ ਜੁਗਿੰਦਰ ਸਿੰਘ ਉਗਰਾਹ ਜਿਹੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ ਜੀ ਉਹ ਵੀ ਉੱਥੇ ਆਏ ਹੋਏ ਔਰ ਉੱਥੇ ਹੋਰ ਵੀ ਬਹੁਤ ਸਾਰੇ ਲੀਡਰ ਹੈ ਜਿਹੜੇ ਉਹ ਆਏ ਹੋਏ ਗਰਨਾਪਸੇ ਚੁਡੂ ਨਹੀਂ ਤਾਂ ਲੋਕਲ ਹੈਗੇ ਹੈਗੇ ਹੋਰ ਵੀ ਜਿਹੜੇ ਹੈ ਕਾਫੀ ਸਾਰੇ ਲੀਡਰ ਆਏ ਸੀ ਸੋ ਉਹਨਾਂ ਲੀਡਰਾਂ ਨੇ ਵੀ ਉੱਥੇ ਪਹਿਲਾਂ ਹੀ ਕਹਿ ਦਿੱਤਾ ਸੀ ਜਦੋਂ ਧਰਨਾ ਮਾਰਨ ਤੋਂ ਪਹਿਲਾਂ ਮੀਡੀਆ ਵਾਲਿਆਂ ਨੇ ਪੁੱਛਿਆ ਕਿ ਉਹਨਾਂ ਕਰੋਗੇ ਕੀ ਉਹਨਾਂ ਨੇ ਕਿਹਾ ਬਸ ਗੱਲਾਂ ਹੀ ਧੋ ਜਾਂ ਤਾਂ ਇਹ ਮਕਦਮੇ ਵਾਪਸ ਲੈ ਲੈਣ ਤ ਨਹੀਂ ਇਹ ਪੱਕਾ ਮੋਰਚਾ ਫਿਰ ਇੱਥੇ ਵੀ ਲੱਗ ਜਣੇ ਫਿਰ ਇਹਦੇ ਤੋਂ ਹਰਿਆਣਾ ਦਾ ਪ੍ਰਸ਼ਾਸਨ ਜੇ ਆਪਾਂ ਕਹੀਏ ਪ੍ਰਸ਼ਾਸਨ ਹੀ ਅਸਲ ਦੇ ਵਿੱਚ ਇਹ ਹਰਿਆਣੇ ਦੀ ਖੱਟਰ ਸਰਕਾਰ ਹੈ ਜਿਹੜੀ ਖੱਟਰ ਸਰਕਾਰ ਹੈ ਜਿਹੜੀ ਉਹ ਝੁਕੀ ਹੈ ਕਿਸਾਨਾਂ ਦੇ ਇੱਕੇ ਦੇ ਮੂਰੇ ਝੁਕੀ ਨਹੀਂ ਮੈਂ ਕਹਿੰਦਾ ਵੀ ਉਹ ਲਟਣ ਲੱਗੀ ਉਹਨੇ ਤਰਕੀਬ ਤੇ ਲਟਣਾ ਸ਼ੁਰੂ ਕਰ ਦਿੱਤਾ ਹੈ ਕਿ ਕਿਸਾਨ ਭਾਈਚਾਰਾ ਜਿਹੜਾ ਹੈਗਾ ਉਹ ਜਿਹੜਾ ਆਪਣਾ ਆਪਾਰ ਹੈ ਤੇ ਜੇ ਇਸ ਵੇਲੇ ਆਪਾਂ ਗੱਲ ਕਹੀ ਦੀ ਕਿ ਜਿਹੜੇ ਕਿਸਾਨ ਭਾਈਚਾਰੇ ਨੂੰ ਕਹਿੰਦੇ ਸੀਗੇ ਤਾਂ ਜੀ ਆਪਸ ਵਿੱਚ ਫਟ ਗਏ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਮੈਂ ਦਿੱਲੀ ਦੇ ਡਿਕਰੀ ਵਾਲਾ ਬਾਰਡਰ ਹੋਵੇ ਤੇ ਚਾਹੇ ਸਿੰਘੂ ਵਾਲਾ ਬਾਰਡਰ ਹੋਵੇ ਚਾਹੇ ਗਾਜੀਪੁਰ ਵਾਲਾ ਹੋਵੇ ਉੱਥੇ ਲੋਕ ਘਟ ਗਏ ਤੇ ਪਿਛਲੇ 4-5 ਦਿਨ ਤੋਂ ਤੁਸੀਂ ਦੇਖੋ ਲੋਕਾਂ ਦੇ ਕਾਫਲੇ ਕਿ ਮੇ ਦਿੱਲੀ ਵੱਲ ਨੂੰ ਜਾਣੀ ਦਿੱਲੀ ਵੱਲ ਨੂੰ ਵੀ ਕਾਫਲੇ ਜਾ ਰਹੇ ਆ ਲੇਕਿਨ ਹਰਿਆਣੇ ਦੇ ਲੋਕਾਂ ਨੇ ਜਿਹੜਾ ਉੱਥੇ ਲੋਕਲ ਲੈਵਲ ਦੇ ਉੱਤੇ ਐਡਾ ਵੱਡਾ ਐਕਸ਼ਨ ਕੀਤਾ ਇਸ ਐਕਸ਼ਨ ਨੇ ਸਰਕਾਰ ਦੀਆਂ ਗੁੱਡ ਨਹੀਂ ਲਵਾਤੀਆਂ ਜੀ ਜੀ ਤੋ ਇਹ ਤਾਂ ਹੋਈ ਗਵੰਡੀ ਸੂਬੇ ਹਰਿਆਣਾ ਦੀ ਗੱਲ ਤੇ ਉਥੋਂ ਦੀ ਭਾਜਪਾ ਤੇ ਕਟਫਨ ਜੋੜ ਵਾਲੀ ਸਰਕਾਰ ਦੀ ਗੱਲ ਹੁਣ ਆਵਾਂਗੇ ਸੂਬਾ ਸਰਕਾਰ ਵੱਲ ਪੰਜਾਬ ਦੀ ਕਾਂਗਰਸ ਵੱਲ ਤੇ ਪੰਜਾਬ ਦੀ ਕਾਂਗਰਸ ਦੀ ਜਿਹੜੀ ਖਾਨਾ ਜੰਗੀ ਸੀ ਉਹ ਫਿਰ ਤੋਂ ਭੱਗ ਗਈ ਹੈ ਸੋ ਕਿਉਂ ਭੱਗ ਗਈ ਹੈ ਜੀ ਦੇਖੋ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਨੇ ਲਗਭਗ ਸਾਰੀਆਂ ਪਾਰਟੀਆਂ ਨੂੰ ਇਸ ਵੇਲੇ ਤੜਕੂ ਲੱਗਿਆ ਪਿਆ ਅੱਛਾ ਜੀ ਕਿ 2022 ਦੀ ਇਲੈਕਸ਼ਨ ਆ ਗਈ ਪੱਲੇ ਕਿਸੇ ਦੇ ਕੱਖ ਨਹੀਂ ਕਰਾਂਗੇ ਆਪਾਂ ਕੀ ਜੀ ਜੇ ਆਪਾਂ ਅਕਾਲੀ ਦਲ ਦੀ ਸਥਿਤੀ ਦੇਖੀ ਤਾਂ ਅਕਾਲੀ ਦਲ ਦੀ ਸਥਿਤੀ ਜਿਹੜੀ ਹੈਗੀ ਹੈ ਪਹਿਲਾਂ ਨਾਲੋਂ ਕੋਈ ਬਹੁਤੀ ਚੰਗੀ ਨਹੀਂ ਜੀ ਪਿਛਲੇ ਦਿਨਾਂ ਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਜਿਹੜੀ ਖਾਸ ਕਰਕੇ ਕੋਟਕਪੂਰਾ ਗੋਲੀकांड ਸੀ ਉਹਦੀ ਜਿਹੜੀ ਐਫ ਆਈ ਆਰ ਸੀ ਤੇ ਉਸ ਐਫ ਆਈ ਆਰ ਦੀ ਜਾਂਚ ਕਰਨ ਵਾਸਤੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਸੀ ਜਿਸ ਟੀਮ ਦੇ ਮਤਲਬ ਆਪਾਂ ਕਹਿ ਦਈਏ ਸਰਵਿਸ ਸਰਵਾ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੀ ਸੀ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਐਸਆਈਟੀ ਵੀ ਰੱਦ ਕਰਦੀ ਐਸਆਈਟੀ ਵੱਲੋਂ ਜਿਹੜੀਆਂ ਚਾਰ ਸ਼ੀਟਸ ਧਾਰ ਕੀਤੀਆਂ ਹੋਈਆਂ ਸੀ ਉਹ ਵੀ ਰੱਦ ਕਰ ਦਿੱਤੀਆਂ ਔਰ ਨਾਲ ਕਹਿ ਦਿੱਤਾ ਸੀ ਕਿ ਇੱਕ ਨਵੀਂ ਐਸਆਈਟੀ ਬਣਾ ਦਿਓ ਔਰ ਉਸ ਐਸਆਈਟੀ ਚ ਕਮਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣਾ ਚਾਹੀਦਾ ਸਗੋਂ ਉਸ ਐਸਆਈਟੀ ਦਾ ਜਿਹੜਾ ਮੁਖੀ ਹੋਊਗਾ ਉਹ ਮੁਖੀ ਵੀ ਕਮਰ ਵਿਜੇ ਪ੍ਰਤਾਪ ਸਿੰਘ ਤੋਂ ਸੀਨੀਅਰ ਹੋਣਾ ਚਾਹੀਦਾ ਸਰਕਾਰ ਨੇ ਕਮੇਟੀ ਬਣਾਈ ਤੇ ਕਮੇਟੀ ਆਪਣਾ ਕੰਮ ਕਰ ਰਹੀ ਹੈ ਇਸ ਵਿੱਚ ਤੋ ਜਦੋਂ ਇਹ ਫੈਸਲਾ ਆਇਆ ਇਸ ਫੈਸਲੇ ਤੋਂ ਬਾਅਦ ਅਕਾਲੀ ਦਲ ਵਾਲਿਆਂ ਨੇ ਟਾਰਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਖੁਸ਼ੀ ਮਨਾਉਣੀ ਸ਼ੁਰੂ ਕਰਤੀ ਸੀ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਹੋ ਗਏ ਸੀ ਔਰ ਇਹ ਫੈਸਲਾ ਆਉਣ ਤੋਂ 5-6 ਦਿਨ ਪਹਿਲਾਂ ਇੱਕ ਹੋਰ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਬੁਰਲੰਧ ਹੋਇਆ ਸੀਗਾ ਨਾਰਾ ਕਿ ਜਿਸ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਦਾ ਕੱਖ ਨਾ ਰਹੇ ਇਹ ਅਕਾਲੀਆਂ ਨੇ ਪਾਉਣਾ ਸ਼ੁਰੂ ਕਰ ਦਿੱਤਾ ਸੀ ਸ਼ਾਇਦ ਉਹਨਾਂ ਨੂੰ ਇਹ ਭਰੋਸਾ ਸੀ ਕਿ ਫੈਸਲਾ ਉਹਨਾਂ ਦੇ ਹੱਕ ਵਿੱਚ ਆਊਗਾ ਹਾਲਾਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਹੋ ਰਹੇ ਨਹੀਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਸੀ ਹਾਈ ਕੋਰਟ ਦੇ ਵਿੱਚ ਪਰ ਫਿਰ ਵੀ ਮਾਨਜੋਗ ਹਾਈ ਕੋਰਟ ਨੇ ਉਹਨਾਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਸੋ ਜਿਹੜੀ ਉਹਨਾਂ ਨੇ ਖੁਸ਼ੀ ਬਣਾਈ ਉਸ ਖੁਸ਼ੀ ਦੀ ਬਜਾਏ ਕਾਰਨ ਜਿਹੜਾ ਇਹ ਮੁੱਦਾ ਬਹੁਤ ਪੁਰਾਣਾ ਹੋ ਗਿਆ ਸੀ ਉਹ ਮੁੱਦਾ ਮੁੜ ਸੁਰਜੀਤ ਹੋ ਗਿਆ ਤੇ ਉਸ ਮੁੜ ਸੁਰਜੀਤੀ ਦਾ ਖਮਿਆਜਾ ਹੁਣ ਅਕਾਲੀ ਦਲ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਲੋਕਾਂ ਨੂੰ ਜਿਹੜੀ 2015 ਦੇ ਵਿੱਚ 6-7 ਸਾਲ ਪਹਿਲਾਂ ਜਿਹੜੀ ਰੈসিডেন্ট ਵਾਪਰੀ ਸੀ ਉਹ ਸਾਰੀ ਦੀ ਸਾਰੀ ਇਨਸੀਡੈਂਟ ਸਾਰੀ ਦੀ ਸਾਰੀ ਰੀਲ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਗਈ ਲੋਕਾਂ ਦਾ ਗੁੱਸਾ ਜਿਹੜਾ ਥੋੜਾ ਜਿਹਾ ਠੰਡਾ ਹੋਇਆ ਸੀ ਉਹ ਦੁਬਾਰਾ ਫੇਰ ਉੱਲੇ ਖੜਨ ਲੱਗ ਪਿਆ ਉਹਦੇ ਵਿੱਚ ਜਿੰਨੀ ਲੋਕਾਂ ਨੂੰ ਡੇਰਾ ਮੁਖੀ ਜਾਂ ਉਹਦੇ ਅਨੁਅਈਆਂ ਦੇ ਉੱਤੇ ਜਾਂ ਉਹਦੇ ਇਹ ਹੈ ਪ੍ਰਬੰਧਕ ਉਹਨਾਂ ਦੇ ਉੱਤੇ ਗਰਮੀ ਹੈ ਲਗਭਗ ਉਨੀ ਹੀ ਗਰਮੀ ਦਾ ਸ਼ਿਕਾਰ ਜਿਹੜੇ ਹੈਗੇ ਉਹ ਅਕਾਲੀ ਦਲ ਵੀ ਆਮ ਲੋਕਾਂ ਦੇ ਜੀ ਜੇ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਥਿਤੀ ਦੇਖੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਹੀ ਫੁੱਟ ਪਈ ਹੈ ਉਹਦੇ ਦੋ ਢੜੇ ਬਣੇ ਹੋਏ ਹੈ ਤੇ ਦੋ ਢੜਿਆਂ ਦੇ ਵਿੱਚ ਕੋਈ ਇਸ ਵੇਲੇ ਸਮਝੌਤੇ ਦੇ ਹਾਲਾਤ ਬਣਦੇ ਦੀਦੇ ਨਹੀਂ ਤੇ ਇਹ ਤੋਂ ਇਲਾਵਾ ਜੇ ਅੱਗੇ ਦੇਖੀ ਤਾਂ ਉੱਥੇ 100 ਅਨਾਰ ਤੇ ਇੱਕ ਇੱਕ ਅਨਾਰ ਤੇ 100 ਬਿਮਾਰੀ ਵਾਲੀ ਹਾਲਤ ਬਣੀ ਪਈ ਹੈ ਜੀ ਚੀਫ ਮਿਨਿਸਟਰ ਦੇ ਜਿਹੜੇ ਕੈਂਡੀਡੇਟ ਹੈ ਸਭ ਤੋਂ ਮੁੱਖਰ ਕੈਂਡੀਡੇਟ ਜਿਹੜੇ ਹੈਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਤੇ ਭਗਵੰਤ ਸਿੰਘ ਮਾਨ ਦੀ ਹਾਲਤ ਹੈ ਕਿ ਉਹ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ ਇਸ ਕਰਕੇ ਜੇ ਆਪਾਂ ਦੇਖੀ ਤਾਂ ਹਾਲਤ ਕੋਈ ਉਹਨਾਂ ਦੀ ਵੀ ਬਾਲੀ ਚੰਗੀ ਨਹੀਂ ਰਹੇਗੀ ਫਿਰ ਭਾਰਤੀ ਜਨਤਾ ਪਾਰਟੀ ਉਹ ਦੇਖਿਆ ਹੀ ਆਪਾਂ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਲਾਤ ਇਹ ਹੈ ਕਿ ਇਹਨਾਂ ਨੂੰ 117 ਸੀਟਾਂ ਤੇ ਬੰਦੇ ਉਮੀਦਵਾਰ ਬਣਾਉਣ ਲਈ ਨਹੀਂ ਮਿਲ ਰਹੇ ਜੀ ਜਿਹਨੀਆਂ ਪਿੱਛੇ ਲੋਕਲ ਬਾਡੀ ਦੀਆਂ ਚੋਣਾਂ ਹੋਈਆਂ ਲੋਕਲ ਬਾਡੀ ਦੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਉਮੀਦਵਾਰ ਨਹੀਂ ਸੀ ਮਿਲੇ ਸਗੋਂ ਕਈ ਇਹੋ ਜਿਹੇ ਕੰਸਟਰੂਮ ਵੀ ਬਾਹਰ ਆ ਰਹੇ ਸੀ ਕਿ ਕੁਝ ਲੋਕਾਂ ਨੂੰ ਜਿਹੜੇ ਹੋਰਾਂ ਪਾਰਟੀਆਂ ਨਾਲ ਸੰਬੰਧਤ ਸੀ ਉਹਨਾਂ ਨੂੰ ਚੋਣਾ ਲੜਨ ਵਾਸਤੇ ਮਨਾਇਆ ਗਿਆ ਤੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤੇ ਗਏ ਸੀ ਕਿ ਤੁਸੀਂ ਤੁਸੀਂ ਕੰਪੇਨ ਵੀ ਆਪ ਦੀ ਆਪ ਹੀ ਚਲਾ ਲਓ ਜਿਵੇਂ ਮਰਜ਼ੀ ਹੈ ਕਹਿੰਦੇ ਕਈ ਤਾਂ ਇਹੋ ਜਿਹੇ ਸੀ ਜਿਨ੍ਹਾਂ ਨੇ ਕਹਿੰਦੇ ਪੈਸੇ ਫੜ ਕੇ ਜੇਬ 'ਚ ਪਾ ਲੇ ਕਲੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਹੋਰ ਕੁਝ ਨਹੀਂ ਕੀਤਾ ਸੀ ਸੋ ਭਾਰਤੀ ਜਨਤਾ ਪਾਰਟੀ ਦੀ ਹਾਲਤ ਵੀ ਏ ਜੇ ਆਪਾਂ ਦੇਖੀਏ ਬਹੁਤ ਜਣ ਸਮਾਜ ਪਾਰਟੀ ਉਹ ਕੱਲੀ ਦੁਆਬੇ ਤੱਕ ਸੀਮਿਤ ਤੇ ਦੁਆਬੇ ਦੇ ਵਿੱਚ ਵੀ ਕੋਈ ਬਹੁਤੀ ਗੱਲ ਨਹੀਂ ਜੀ ਦੂਜੇ ਪਾਸੇ ਆਪਾਂ ਦੇਖੀਏ ਛੋਟੀਆਂ ਪਾਰਟੀਆਂ ਕਮਿਊਨਿਸਟ ਪਾਰਟੀਆਂ ਉਹ ਵੀ ਐਸਵੇੜੇ ਹਾਸ਼ੀ ਤੇ ਗੀਆਂ ਹੋਈਆਂ ਜੀ ਕਾਂਗਰਸ ਰਿਪੀਟ ਕਰ ਸਕਦੇ ਆ ਦੁਬਾਰਾ ਫੇਰ ਸਰਕਾਰ ਬਣਾ ਸਕਦੇ ਆ ਔਰ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਅੰਦਰੋਂ ਅੰਦਰੀ ਵੇਸ਼ਕ ਕੁੰਜ ਦਿੱਤਾ ਸੀ ਲੇਕਿਨ ਜਨਤਕ ਤੌਰ ਤੇ ਕਦੇ ਕੋਈ ਲੀਡਰ ਬੋਲਿਆ ਨਹੀਂ ਸੀ ਜੀ ਇਹ ਜਦੋਂ ਹਾਈ ਕੋਰਟ ਵਾਲਾ ਫੈਸਲਾ ਆਇਆ ਹਾਈ ਕੋਰਟ ਵਾਲੇ ਫੈਸਲੇ ਤੋਂ ਬਾਅਦ ਕੁਝ ਹਾਲਾਤ ਚੇਂਜ ਹੋਏ ਜੀ ਅੰਦਰ ਅੰਦਰ ਕੁਸਰਮੁਸਰ ਹੋਣ ਲੱਗੀ ਉਹ ਕੁਸਰਮੁਸਰ ਹੁੰਦਿਆ ਹੁੰਦਿਆ ਵਧ ਗਈ ਤੇ ਇਹ ਉਦੋਂ ਚਰਮ ਸੀਮਾ ਤੇ ਪਹੁੰਚ ਗਿਆ ਇਹਨਾਂ ਦਾ ਇਹ ਮੁੱਦਾ ਜਦੋਂ ਇੱਕ ਕੈਬਨਿਟ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਥੋੜੀ ਜੀ ਤਲਖੀ ਦਿਖਾਈ ਔਰ ਨਤੀਜਾ ਇਹ ਹੋਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦਿੱਤਾ ਤੇ ਨਾਲ ਹੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਸੁਨੀਲ ਕੁਮਾਰ ਜਾਖੜ ਨੇ ਪਰ ਮੁੱਖ ਮੰਤਰੀ ਨੇ ਉਹਨਾਂ ਦੇ ਅਸਤੀਫੇ ਪਾੜ ਦਿੱਤੇ ਤੇ ਕਹਿੰਦਾ ਸੀ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਇੱਥੇ ਬਣੇ ਰਹੋਗੇ ਤੁਸੀਂ ਰਹਿਣੇ ਰਹਿਣੇ ਉੱਥੋਂ ਕੰਮ ਸ਼ੁਰੂ ਹੋ ਗਿਆ ਨਵਜੋਤ ਸਿੰਘ ਸਿੱਧੂ ਦਾ ਆਪਾਂ ਨੂੰ ਪਤਾ ਵੀ ਉਹ ਬੜੇ ਲੰਬੇ ਸਮੇਂ ਤੋਂ ਬਾਜ਼ਾਰਤ ਤੋਂ ਬਾਹਰ ਤੇ ਉਦੋਂ ਤੋਂ ਹੀ ਉਹਦੀ ਲੜਾਈ ਹੈ ਜਿਹੜੀ ਉਹ ਟਵਿੱਟਰ ਵਾਲੀ ਲੜਾਈ ਹੈ। ਜੀ। ਉਹ ਟਵਿੱਟਰ ਦੀ ਲੜਾਈ ਲੜਦੇ ਆ ਜਨਤਕ ਤੌਰ ਤੇ ਕੁਝ ਕਰਦੇ ਨਹੀਂ। ਬਾਹਰੋਂ ਆ ਕੇ ਜਿਹੜੀ ਹੈਗੀ ਜਿਸ ਤਰ੍ਹਾਂ ਦੀ ਉਹਨਾਂ ਦੀ ਸਰਗਰਮੀ ਉਹ ਬਣਾ ਨਹੀਂ ਸਕਦੇ। ਅੱਜ ਵੀ ਤੁਸੀਂ ਦੇਖਿਆ ਉਹਨਾਂ ਨੇ ਝੰਡੇ ਵੀ ਲਾਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ। ਔਰ ਉਹਦੇ ਤੇ ਉਹ ਆਪਣੀ ਰਾਜਨੀਤੀ ਜਿਹੜੀ ਕਰੀ ਜਾਂਦੇ ਟਵਿੱਟਰ ਦੀ ਰਾਜਨੀਤੀ ਉਹਨਾਂ ਦੀ ਉਹ ਜਿੱਤੇਗਾ ਪੰਜਾਬ ਇੱਕ ਉਹਨਾਂ ਦਾ ਪੇਜ ਬਣਿਆ ਹੋਇਆ ਉਹਦੇ ਤੇ ਸਾਰੀ ਗੱਲਬਾਤ ਕਰਦੇ ਆ। ਜੀ। ਲੇਕਿਨ ਜਿਹੜੇ ਅਸਤੀਫਾ ਦੇਣ ਤੋਂ ਬਾਅਦ ਐਸਪਲੇ ਆਪਾਂ ਦੇਖੀ ਤੇ ਕਾਂਗਰਸ ਪਾਰਟੀ ਦੇ ਵਿੱਚ ਵਿਰੋਧ ਦਾ ਜਿਹੜਾ ਧੁਰਾ ਬਣਿਆ ਹੋਇਆ ਉਬਰੂ ਦਾ ਟਰਾਬਣਾ ਮੈਂ ਸੁਖਜਿੰਦਰ ਸਿੰਘ ਰੰਦਾਵਾ ਜੀ ਪਹਿਲ ਭਾਵੇਂ ਜਿਹੜੀ ਹੈਗੀ ਐ ਆਪਣੇ ਸਿੱਧੂ ਸਿੱਧੂ ਸਾਹਿਬ ਤੋਂ ਹੋਈ ਸੀ ਫਿਰ ਥੋੜੀ ਬਹੁਤੀ ਸਿੱਧੂ ਸਾਹਿਬ ਦੇ ਨਾਲ ਜਿਹੜੀ ਨੇੜਤਾ ਕਰਵਾਈ ਨਰਾਜ਼ਾਂ ਦੀ ਉਹ ਕਰਵਾਈ ਸੀ ਚੰਨੀ ਨੇ ਚਰਨਜੀਤ ਸਿੰਘ ਚੰਨੀ ਨੇ ਲੇਕਿਨ ਚਰਨਜੀਤ ਸਿੰਘ ਚੰਨੀ ਵੀ ਇਸ ਵੇਲੇ ਪੰਪਲਪੂਸੇ ਦੇ ਵਿੱਚ ਪਿਆ ਹੋਇਆ ਹੈ ਕਿਉਂਕਿ ਉਹਦੇ ਖਿਲਾਫ ਵੀ ਇੱਕ ਪੁਰਾਣੀ ਸ਼ਿਕਾਇਤ ਜਿਹੜੀ ਐ ਤਰੀ ਫਿਰਦੀ ਸੀ ਤੇ ਉਹ ਸ਼ਿਕਾਇਤ ਮੁੜ ਕੇ ਫਿਰ ਊਮਨ ਕਮਿਸ਼ਨ ਨੇ ਚੁੱਕ ਲਈ ਹੁਣ ਜਿਹੜੀ ਕਦੇ-ਕਦੇ ਇਹਨਾਂ ਦੀ ਲੜਾਈ ਬਹੁਤ ਤਿੱਖੀ ਹੋ ਜਾਂਦੀ ਹੈ ਕਦੇ-ਕਦੇ ਡਾਊਨ ਹੋ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਮਿਸਟਰ ਜਿਹੜੇ ਹੈ ਹਰਜੀਤ ਸ਼ਰਾਬਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਜਿਹੜੇ ਸੈਂਟਰ ਵੱਲੋਂ ਲਾਏ ਹੋਏ ਹਨ ਉਹਨਾਂ ਨੇ ਕਿਹਾ ਸੀ ਮੈਂ ਆਉਂਗਾ ਤੇ ਆਖੇ ਸਭ ਨੂੰ ਤੁਹਾਨੂੰ ਸੁਣੂਗਾ ਜੇ ਤੁਹਾਡੀ ਮੈਂ ਗੱਲਬਾਤ ਤੇਰੀ ਹੈਗੀ ਹੈ ਕਿਸੇ ਨਾ ਕਿਸੇ ਤਣਪੱਤਨ ਲਾਉਂਗਾ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਬੋਲ ਬੁਲਾਰਾ ਬੰਦ ਕਰ ਦਿਓ ਬੰਦ ਕਰਤਾ ਸੀ ਫਿਰ ਨਵਜੋਤ ਸਿੰਘ ਸਿੱਧੂ ਕੇਂਦਰ ਚ ਦਿੱਲੀ ਚਲੇ ਗਈ ਔਰ ਦਿੱਲੀੋਂ ਬਾਅਦ ਸਾਕੇ ਉਹਨਾਂ ਨੇ ਫਿਰ ਇੱਕ ਨਵਾਂ ਬਿਆਨ ਦੇ ਦਿੱਤਾ ਉਬਿਆਨ ਐਸ ਸੀ ਕਿ ਤਿੰਨ ਹਫ਼ਤੇ ਤਿੰਨ ਚਾਰ ਹਫ਼ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਲਈ ਮੇਰੇ ਰਸ ਜਿਹੜੇ ਹੈਗੇ ਆ ਰਸਤੇ ਹਮੇਸ਼ਾ ਲਈ ਬੰਦ ਹੈ ਮੇਰੇ ਦਰਵਾਜ਼ੇ ਹਮੇਸ਼ਾ ਲਈ ਉਹਦੇ ਹੱਥੇ ਬੰਦ ਹੈ ਉਹਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਮੰਗਾਂ ਦੋ ਐ ਕਿ ਜਾਂ ਤਾਂ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿਓ ਜੇ ਪ੍ਰਧਾਨ ਨਹੀਂ ਬਣਾਉਣਾ ਤਾਂ ਮੈਨੂੰ ਡਿਪਟੀ ਮੁੱਖ ਮੰਤਰੀ ਬਣਾ ਦਿਓ ਅਰ ਡਿਪਟੀ ਮੁੱਖ ਮੰਤਰੀ ਬਣਾ ਕੇ ਮੈਨੂੰ ਗ੍ਰਹਿ ਵਿਭਾਗ ਦੇ ਦਿਓ ਉਹਨਾਂ ਦੀ ਕਹਿੰਦੇ ਡਿਮਾਂਡ ਐ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿਤਾ ਸੀ ਕਿ ਜੇ ਇਹ ਛੱਡਣੇ ਤਾਂ ਇਹ ਛੱਡ ਕੇ ਚਲਾ ਜਾਵੇ ਜੇ ਇਹ ਚੋਣ ਲੜਨੀ ਹੈ ਤਾਂ ਮੇਰੇ ਖਿਲਾਫ ਹੀ ਚੋਣ ਲੜ ਲੈ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਹਾਲਾਂਕਿ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਜਦੋਂ ਇਹਨਾਂ ਨੇ ਅੰਮ੍ਰਿਤਸਰ ਤੋਂ ਪਹਿਲੀ ਵਾਰੀ ਚੋਣ ਲੜੀ ਸੀ ਔਰ ਆਪਣੀ ਰਹਿਸ਼ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਤਬਦੀਲ ਕੀਤੀ ਸੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਭਵੇਂ ਜਾਨ ਚਲੀ ਜਾਵੇ ਮੈਂ ਗੁਰੂ ਕੀ ਨਗਰੀ ਨੂੰ ਛੱਡੂਗਾ ਨਹੀਂ ਮੈਂ ਇੱਥੇ ਰਹੂੰਗਾ ਹੁਣ ਪਿਛਲੇ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਵਾਈਫ ਡਾਕਟਰ ਨਵਜੋਤ ਕੌਰ ਉਹ ਆਪਣੀ ਜਿਹੜੀ ਪਟਿਆਲਾ ਵਾਲੀ ਰਿਹائش ਹੈ ਉੱਥੇ ਹੀ ਰਹਿ ਰਹੇ ਹੈ ਜੀ ਔਰ ਕੈਪਟਨ ਅਮਰਿੰਦਰ ਸਿੰਘ ਨੇ ਕਹਿਦਾ ਸੀਗਾ ਕਿ ਜੇ ਇਹ ਚੋਣ ਲੜਨੀ ਚਾਹੁੰਦਾ ਮੇਰੇ ਖਿਲਾਫ ਕਿਉਂਕਿ ਅਖਬਾਰਾਂ 'ਚ ਹੀ ਖਬਰਾਂ ਹੋਣਗੀਆਂ ਸ਼ੁਰੂ ਹੋਗੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਪਟਿਆਲਾ ਤੋਂ ਚੋਣ ਲੜੂ ਤੇ ਇਹਨਾਂ ਨੇ ਕਹਿ ਸੀ ਜੇ ਇਹਨੇ ਮੇਰੇ ਖਿਲਾਫ ਚੋਣ ਲੜਨੀ ਹੈ ਤਾਂ ਲੜ ਲਈ ਚੋਣ ਔਰ ਇਹਦਾ ਮੈਂ ਹਾਲ ਉਹੀ ਕਰੂੰਗਾ ਜੋ ਜਨਰਲ ਡੇਜੇ ਸਿੰਘ ਦਾ ਹੋਇਆ ਸੀ ਜੀ ਤੇ ਨਾਲ ਉਹਨਾਂ ਨੇ ਇਹ ਵੀ ਇਲਜ਼ਾਮ ਲਾ ਦਿੱਤਾ ਸੀ ਕਿ ਕਾਂਗਰਸ ਪਾਰਟੀ ਬਿਲਕੁਲ ਚੋਣ ਲੜ ਨਹੀਂ ਸਕਦਾ ਕਿਉਂਕਿ ਕਾਂਗਰਸ ਪਾਰਟੀ ਬਿਲਕੁਲ ਕੈਂਡੀਡੇਟ ਇੱਥੇ ਤੇ ਦੂਜੀ ਪਾਰਟੀ ਰਹੀ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਇਹਦੀ ਜਿਹੜੀ ਹੈਗੀ ਇਹ ਗੱਲਬਾਤ ਚੱਲ ਰਹੀ ਹੈ ਜੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਹ ਰਿਪੋਰਟ ਆ ਰਹੀ ਹੈ ਇਹ ਜਿਹੜਾ ਇਲਜ਼ਾਮ ਲਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਿੰਨ ਚਾਰ ਹਫ਼ਤੇ ਪਹਿਲਾਂ ਲਾਇਆ ਸੀ ਲੈ ਜੀ ਉਸ ਵੇਲੇ ਤਾਂ ਮਿਸਟਰ ਸਿੱਧੂ ਬੋਲਿਆ ਨਹੀਂ ਸੀ ਤੇ ਹੁਣ ਸਿੱਧੂ ਸਾਹਿਬ ਨੇ ਕਹਿ ਦਿੱਤਾ ਦਿੱਲੀੋਂ ਆ ਕੇ ਕਿ ਲਿਆਓ ਜੀ ਮੈਨੂੰ ਸਬੂਤ ਦਿਓ ਕਿ ਮੇਰੀ ਕਿਸੇ ਪਾਰਟੀ ਦੇ ਨਾਲ ਕੋਈ ਲੈਣ ਦੇਣ ਸੀ ਜੀ ਮੈਂ ਕਿਸੇ ਪਾਰਟੀ ਨਾਲ ਕੋਈ ਗੱਲਬਾਤ ਕਰਦਾ ਸੀ ਭਾਵੇਂ ਦਾ ਕੀ ਹੈ ਪਹਾੜੀ ਦਾ ਇਹ ਕਿ ਨਵਜੂਦ ਸਿੱਧੂ ਜੋ ਦਿੱਲੀ ਗਏ ਹੈ ਉਹ ਜਾ ਕੇ ਰਾਹੁਲ ਗਾਂਧੀ ਨੂੰ ਮਿਲੇ ਹੋਣਗੇ ਪ੍ਰਿੰਕਾ ਗਾਂਧੀ ਨੂੰ ਮਿਲੇ ਹੋਣਗੇ ਸੰਭਵ ਹੈ ਕਿ ਉਹ ਸੋਨੀਆ ਗਾਂਧੀ ਨੂੰ ਵੀ ਮਿਲੇ ਹੋਣ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਹਾਈ ਅਫਸਰ ਹੈ ਹੋਰ ਉਹਨਾਂ ਨੂੰ ਵੀ ਮਿਲੇ ਹੋਣ ਤੇ ਉੱਥੋਂ ਉਹਨਾਂ ਨੂੰ ਇਹ ਇਤਲਾਹ ਮਿਲ ਗਈ ਹੋਵੇ ਕਿ ਤੁਹਾਡੇ ਤੇ ਕਾਕਾ ਜੀ ਇਲਜ਼ਾਮ ਇਹ ਲੱਗਦਾ ਹੈ ਹੁਣ ਉਹਨਾਂ ਨੇ ਆਪਣੀ ਉਹ ਗੱਲ ਕਰ ਦਿੱਤੀ ਔਰ ਉੱਥੇ ਆ ਕੇ ਥੋੜਾ ਜਿਹਾ ਫੇਰ ਲੱਗਦਾ ਸੀ ਕਿ ਗੱਲ ਰੁਕ ਗਈ ਜੀ ਪਰ ਕੱਲ ਪ੍ਰਗਟ ਸਿੰਘ ਦੇ ਘਰੇ ਇੱਕ ਹੋਰ ਮੀਟਿੰਗ ਹੁੰਦੀ ਹੈ ਜੀ ਉਸ ਮੀਟਿੰਗ ਦੇ ਵਿੱਚ ਸੁਖੀ ਦਾ ਦਾਵਾ ਵੀ ਹੈ ਤੇ ਉਹਦੇ ਵਿੱਚ ਜੰਨੀ ਸਾਹਿਬ ਵੀ ਹੈਗੇ ਪਰ ਮਿੱਤ ਜਿੰਨੀ ਤੇ ਰਦਾਬਾਤਾ ਨਹੀਂ ਬੋਲੀ ਲੇਕਿਨ ਜਿਹੜੇ ਪ੍ਰਗਟ ਸਿੰਘ ਹੋਰੀ ਹੈ ਉਹਨਾਂ ਨੇ ਕੱਲ ਮੀਡੀਆ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੀਡੀਆ ਨਾਲ ਗੱਲ ਕਰਕੇ ਜੇ ਆਪਾਂ ਕਹਿ ਦਈਏ ਝੰਡਾ ਹੀ ਚੱਕ ਲਿਆ ਅੱਛਾ ਜੀ ਕਿ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਕਿ ਅਮਰਗੜ ਤੋਂ ਐਮ.ਐਲ.ਏ ਹੈ ਇੱਕ ਕਾਂਗਰਸ ਪਾਰਟੀ ਦੇ ਸੁਰਜੀਤ ਸਿੰਘ ਠੀਮਾਰ ਹਾਂਜੀ ਜਿਹੜੇ ਬੜੇ ਲੰਬੇ ਸਮੇਂ ਤੋਂ ਨਰਾਜ ਚਲੇ ਆ ਰਹੇ ਜੀ ਉਹਨਾਂ ਨੇ ਪਿਛਲੇ ਦਿਨੀ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਆਇਆ ਕਹਤਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਜਿਹੜੇ ਐਮ.ਐਲ.ਏਜ਼ ਹੈ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਹੈ ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤਖਤਾ ਪਲਟ ਕਰ ਦੇਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਖਿਲਾਫ ਬਗਾਵਤ ਕਰ ਦੇਣੀ ਚਾਹੀਦੀ ਹੈ ਜੀ ਤੇ ਜਦੋਂ ਐਂਕਰ ਨੇ ਪੁੱਛਿਆ ਵੀ ਕੀ ਤੁਸੀਂ ਅਜਿਹਾ ਕਰ ਸਕਦੇ ਹੋ ਤੇ ਉਹਨੇ ਕਿਹਾ ਵੀ ਕਿਸੇ ਨੂੰ ਤਾਂ ਅੱਗੇ ਲੱਗਣਾ ਹੀ ਪੈਣਾ ਤੇ ਮੈਂ ਵੀ ਅੱਗੇ ਲੱਗਣ ਨੂੰ ਤਿਆਰ ਹਾਂ ਕੱਲ ਜੋ ਪ੍ਰਗਟ ਸਿੰਘ ਹੋਰਾਂ ਨੂੰ ਇਹ ਗੱਲ ਪੁੱਛੀ ਕਿ ਤੁਹਾਡਾ ਕੀ ਖਿਆਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਹਿਣਾ ਚਾਹੀਦਾ ਹੈ ਕਿ ਜਾਣਾ ਚਾਹੀਦਾ ਤੇ ਉਹਨੇ ਕਿਹਾ ਸੀ ਜੀ ਅੱਜ ਦੇ ਜਿਹੜੇ ਹਾਲਾਤ ਉਨ੍ਹਾਂ ਹਾਲਾਤਾਂ ਤੋਂ ਇਹ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ 2022 ਦੀ ਚੋਣ ਨਹੀਂ ਜਿੱਤ ਸਕਦੀ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਗੱਲ ਮੈਂ ਹੁਣ ਨਹੀਂ ਕਹਿ ਰਿਹਾ ਜਦੋਂ ਮੀਟਿੰਗ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੇਰੀ ਤੇ ਮੈਂ ਉਸ ਵੇਲੇ ਵੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਬਾਕੀ ਲੋਕਾਂ ਦਾ ਸਰਵੇ ਕਰਵਾ ਰਹੇ ਹੋ ਤੇ ਆਪ ਦਾ ਸਰਵੇ ਵੀ ਕਰਵਾ ਕੇ ਦੇਖ ਲਓ ਜੀ ਉਹ ਤੋਂ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ 2017 ਦੀ ਚੋਣ ਜਿਹੜੀ ਕਾਂਗਰਸ ਪਾਰਟੀ ਨੇ ਨਹੀਂ ਜਿੱਤੀ ਸੀ ਉਫਿਸ ਅਧਾਰਿਤ ਜਿਹੜੀ ਐ ਚੋਣ ਸੀ ਔਰ ਉਹ ਲੋਕਾਂ ਨੇ ਜਿਹੜੀ ਐ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਵੋਟਾਂ ਪਾਇਆ ਸੀ ਉਹਨਾਂ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਐਲਾਨ ਦਿੱਤਾ ਸੀ ਔਰ ਲੋਕਾਂ ਨੂੰ ਇਸ ਗੱਲ ਦੀ ਉਮੀਦ ਸੀ ਕਿ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕੰਮ ਕੀਤੇ ਬਿਲਕੁਲ ਉਸੇ ਦਿਲੀਲੀ ਦੇ ਨਾਲ ਉਹ ਬਾਦਲਾਂ ਨੂੰ ਬਾਣੀ ਵੀ ਪਾਊਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਲਾਖਾਂ ਪਿੱਛੇ ਭੇਜੂਗਾ ਲੇਕਿਨ ਕਹਿੰਦੇ ਵੀ ਇਹ ਕੈਪਟਨ ਜਿਹੜਾ 2 2002 ਤੋਂ ਲੈ ਕੇ 2007 ਵਾਲੀ ਪਰਫਾਰਮੈਂਸ ਨਹੀਂ ਕਰ ਸਕਿਆ ਜੇ ਉਹਨੇ ਇਹ ਮੰਨਦੇ ਆ ਪ੍ਰਗਟ ਸਿੰਘ ਹੁਣੀ ਕਿ 2007 ਵਾਲੀ ਇਲੈਕਸ਼ਨ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਉੱਤੇ ਜਿੱਤੀ ਵੀ ਹੈ ਤੇ ਹੁਣ ਉਹ ਕਹਿੰਦੇ ਜੀ ਬਦਲ ਦਿਓ ਇਹਨਾਂ ਨੂੰ ਉਹਨਾਂ ਨੂੰ ਫਿਰ ਸਪੈਸ਼ਲੀ ਇਹ ਸਵਾਲ ਪੁੱਛਿਆ ਗਿਆ ਕਿ ਮਿਸਟਰ ਸੁਰਜੀਤ ਸਿੰਘ ਧਿਮਾਨ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਦੇਣਾ ਚਾਹੀਦਾ ਤੁਸੀਂ ਸਹਿਮਤ ਹੋ ਤੇ ਉਹਨੇ ਕਿਹਾ ਹਾਂ ਮੈਂ ਸਹਿਮਤ ਆ ਮੈਂ ਤਾਂ ਉਹਦੇ ਮੂਹਰੇ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਜੀ ਤੁਸੀਂ ਸਾਨੂੰ ਨਹੀਂ ਜਿਤਾਉਂਗੇ ਇਹਦਾ ਮਤਲਬ ਹੈ ਕਿ ਜਿਹੜੀ ਜਿਹੜੀ ਚੋਣ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਜਿੱਤੀ ਜਿੱਤੀ ਸੀ ਹੁਣ ਉਸੇ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਭਾਵੇਂ ਇਹਦਾ ਪੱਕੀ ਕੱਢਾਂਗੇ ਭਾਵੇਂ ਇਹ ਹੀ ਕੱਢਾਂਗੇ ਕਿ ਹਰ ਇੱਕ ਨੂੰ ਆਪਣੀ ਕੁਰਸੀ ਪਿਆਰੀ ਹੈ ਉਹਨਾਂ ਨੂੰ ਪਤਾ ਹੈ ਕਿ ਉਦੋਂ ਸਾਨੂੰ ਇਹਨਾਂ ਨੇ ਐਮਐਲਏ ਦੀਆਂ ਜਿੰਗੀਆਂ ਕੁਰਸੀਆਂ ਤੇ ਬਹਾਰਤਾ ਸੀ ਹੁਣ ਇਹਦੇ ਰਹਿੰਦੇ ਅਸੀਂ ਐਮਐਲਏ ਦੀ ਕੁਰਸੀ ਤੇ ਨਹੀਂ ਬੈਠ ਸਕਦੇ ਤੇ ਹੁਣ ਬੰਦਾ ਕੋਈ ਹੋਰ ਚਾਹੀਦਾ ਇਹਦਾ ਮਤਲਬ ਇਹ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਸਥਿਤੀ ਬੈਸੇ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਸਥਿਤੀ ਹੈ ਕਿ ਸਤਾ ਹਾਸਲ ਕਰਨ ਵਾਸਤੇ ਜਿਹੜੇ ਮੋਰੇ ਮੋਰੇ ਵਰਤੂ ਕਦੇ ਕਿਸੇ ਨੂੰ ਮੋਰਾ ਬਣਾ ਲੂ ਤੇ ਕਦੇ ਕਿਸੇ ਨੂੰ ਬਣਾ ਲੂ ਜੇ ਅਮਰਿੰਦਰ ਸਿੰਘ ਦੇ ਮੂੰਹ ਨੂੰ ਵੋਟਾਂ ਪੈ ਸਕਦੀਆਂ ਤਾਂ ਚਲੋ ਜੀ ਅਮਰਿੰਦਰ ਸਿੰਘ ਮੁੱਖ ਮੰਤਰੀ ਜੇ ਅਮਰਿੰਦਰ ਦੇ ਮੂੰਹ ਦੇ ਉੱਤੇ ਵੋਟਾਂ ਨਹੀਂ ਪੈਦੀਆਂ ਤੇ ਲੋਕਾਂ ਨੇ ਮੂੰਹ ਤੋਂ ਮੋੜ ਲਏ ਦੂਜੇ ਪਾਸੇ ਨੂੰ ਹੋ ਗਿਆ ਤੇ ਉਹ ਕਹਿੰਦੇ ਜੀ ਆਪਾਂ ਫਿਰ ਹੋਰ ਪੜ ਲੈਨੇ ਕੋਈ ਲੀਡਰ ਜੀ ਹੁਣ ਨਾ ਦਬਾਵੇਂ ਨਹੀਂ ਰੰਦਾ ਪ੍ਰਗਟ ਸਿੰਘ ਪਰ ਦੁਨੀਆਂ ਜਾਣਦੀ ਕਿ ਪ੍ਰਗਟ ਸਿੰਘ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਦੋਸਤੀ ਹੈ ਜੀ ਨਵਜੋਤ ਸਿੰਘ ਸਿੱਧੂ ਨੂੰ 4 ਸਾਲ ਜਿਹੜੇ ਹੋਏ ਆ ਕਾਂਗਰਸ ਪਾਰਟੀ ਦੇ ਵਿੱਚ ਆਇਆ ਨੂੰ ਅਰੋਚੋਂ ਦੇ ਇੱਕੀ ਨਵਜੋਤ ਸਿੰਘ ਸਿੱਧੂ ਨੂੰ ਹੀ ਪੰਜਾਬ ਦਾ ਚੀਫ ਮਿਨਿਸਟਰ ਬਣਾ ਦਿੱਤਾ ਜਾਵੇ ਲੇਕਿਨ ਹੁਣ ਸੋਸ਼ਲ ਮੀਡੀਆ ਦੇ ਤੇ ਸਵਾਲ ਹੋਣੇ ਚੁਰੂ ਹੋ ਗਏ ਕਿ ਸਿੱਧੂ ਸਾਹਿਬ ਮੁੱਖ ਮੰਤਰੀ ਦਾ ਬਣਨਾ ਚਾਹੁੰਦੇ ਹੋ ਤੁਹਾਡੇ ਕੋਲੇ ਜਿਹੜਾ ਹੈਗਾ ਕੋਈ ਰੋਡ ਮੈਪ ਕੀ ਹੈ ਤੁਸੀਂ ਉਹ ਦਿਖਾਓ ਫਿਰ ਇਹ ਗੱਲ ਹੈ ਕਿ ਤੁਸੀਂ ਸਿਰਫ ਤੇ ਸਿਰਫ ਟਵਿੱਟਰ ਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਕੈਂਪੇਨ ਕਰਦੇ ਹੋ ਲੜਾਈ ਤੁਸੀਂ ਉੱਥੇ ਲੜ ਦਿਓ ਤੁਸੀਂ ਜ਼ਿਆਦਾਤਰ ਤੌਰ ਤੇ ਲੋਕਾਂ ਦੇ ਵਿੱਚ ਕਿਉਂ ਨਹੀਂ ਆਉਂਦੇ ਅੱਜ ਉਹਨਾਂ ਨੇ ਭਾਵੇਂ ਆਪ ਨੂੰ ਦੇਖਦੇ ਆ ਵੀ ਝੰਡੇ ਤਾਂ ਲਾਤੇ ਤੇ ਕੱਲ ਨੂੰ ਦੇਖਾਂਗੇ ਵੀ ਉਹ ਕਿਸਾਨ ਸੰਘਰਸ਼ ਦੇ ਵਿੱਚ ਖੁੱਦੇ ਜਾਂ ਨਹੀਂ ਖੁੱਦੇ ਇਹਦੇ ਵਿੱਚ ਇਹ ਹੈ ਜਸਪ੍ਰੀਤ ਜੀ ਵੀ ਕਿ ਜਦੋਂ ਕਿਸੇ ਬੰਦੇ ਨੇ ਲੜਾਈ ਲੜਨੀ ਹੁੰਦੀ ਹੈ ਉਹ ਲੜਾਈ ਜਿਹੜੀ ਆ ਮੈਦਾਨ ਦੇ ਵਿੱਚ ਆ ਕੇ ਲੜੀ ਜਾਂਦੀ ਹੈ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਟਵਿੱਟਰ ਚਲਾਈ ਜਾਓ ਟਵਿੱਟਰ ਦੇ ਉੱਤੇ ਚਲਾ ਕੇ ਤੁਸੀਂ ਲੜਾਈਆਂ ਨਹੀਂ ਲੜ ਸਕਦੇ ਅਜਿਹੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਲੇਕਿਨ ਉਹ ਜਿੱਤੀਆਂ ਨਹੀਂ ਜਾ ਸਕਦੀਆਂ ਸੋ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਹੈਗੀ ਲੜਾਈ ਇਸ ਵੇਲੇ ਸ਼ੁਰੂ ਹੋਈ ਹੈ ਇਹ ਲੜਾਈ ਨੇ ਕਿੱਥੋਂ ਤੱਕ ਜਾਣਾ ਹੈ ਇਹ ਤਾਂ ਆਪਾਂ ਕਹਿ ਨਹੀਂ ਸਕਦੇ لیکن ایک گل ਮੰننی ਪੈਣੀ ਹੈ ਕਿ ਹਾਲੇ ਤੱਕ ਪ੍ਰਦੇਸ਼ ਦੀ ਇਸ ਰਣਨੀਤ ਰਾਜਨੀਤੀ ਦੇ ਵਿੱਚ ਕੇਂਦਰੀ ਹਾਈ ਕਮਾਂਡ ਨੇ ਹਾਲੇ ਤੱਕ ਦਖਲ ਅੰਦਾਜ਼ੀ ਨਹੀਂ ਕੀਤੀ ਔਰ ਕੱਲ ਵਾਲੀ ਮੀਟਿੰਗ ਦੇ ਵਿੱਚ ਵੀ ਇਹ ਵਿਚਾਰ ਕੀਤਾ ਗਿਆ ਸੀ ਕਿ ਜੇ ਮਾਮਲੇ ਨੂੰ ਨਿਪਟਾਉਣ ਵਾਸਤੇ ਕੇਂਦਰ ਨੇ ਕੋਈ ਦਖਲਅੰਦਾਜ਼ੀ ਨਾ ਕੀਤੀ ਤੇ ਆਪਾਂ ਨੂੰ ਅਗਲੀ ਜਿਹੜੀ ਹੈ ਰਣਨੀਤੀ ਕੀ ਹੋਵੇ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਇਹ ਗੱਲਾਂ ਵੀ ਕੱਲ ਵਾਲੀ ਮੀਟਿੰਗ 'ਚ ਹੋਈਆਂ ਜੀ ਜੀ ਸੋ ਕਾਂਗਰਸ ਪਾਰਟੀ ਸੱਤਾ ਤੇ ਕਾਬਜ ਹੈ ਪਰ ਫਿਰ ਵੀ ਬਿਮਾਰੀ ਹੋਈ ਪਈ ਲੱਗਦੀ ਹੈ ਤੇ ਬਿਮਾਰੀ ਇੱਕ ਹੋਰ ਵੀ ਜਿਹੜੀ ਹੈ ਕਰੋਨਾ ਉਹ ਲਗਾਤਾਰ ਫੈਲੀ ਹੋਈ ਹੈ ਤੇ ਉਸ ਦੇ ਇਲਾਜ ਦੇ ਲਈ ਪਹਿਲਾਂ ਪੰਜਾਬ ਸਰਕਾਰ ਨੇ ਮੋਡਰਨਾ ਕੰਪਨੀ ਜਿਹੜੀ ਉਹਨੂੰ ਕੰਟੈਕਟ ਕੀਤਾ ਸੀਗਾ ਤੇ ਹੁਣ ਜਿਹੜੇ ਫਾਈਜ਼ਰ ਹੈ ਉਸ ਨੂੰ ਵੀ ਕੰਟੈਕਟ ਕੀਤਾ ਗਿਆ ਸੀ ਤੇ ਉਹਨਾਂ ਨੇ ਵੀ ਨਾ ਕਰ ਦਿੱਤੀ ਹੈ ਸੋ ਕੀ ਹੋ ਗਈ ਹੈ ਜੀ ਨਾ ਇਸ ਵਾਰ ਵੀ ਆਪਾਂ ਚਰਚਾ ਜਰੂਰ ਕਰਨੀ ਚਾਹਾਂਗੇ ਦੇਖੋ ਗੱਲ ਇਹ ਕਿ ਕਰੋਨਾ ਦੀ ਜਿਹੜੀ ਬਿਮਾਰੀ ਨਹੀਂ ਕਹਾਂਗੇ ਆਪਾਂ ਇਹਨੂੰ ਮਹਾਮਾਰੀ ਕਹਾਂਗੇ ਜੀ 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 ਹੁਣ ਤੱਕ 3 ਲੱਖ ਤੋਂ ਵੱਧ ਲੋਕ ਜਿਹੜੇ ਇਹ ਮਰ ਚੁੱਕੇ ਹੈ ਜੀ ਸਰਕਾਰ ਕਹਿ ਰਹੀ ਹੈ ਜੀ ਕਹਿੰਦੀ ਹਾਲਾਤ ਸੁਧਰ ਰਹੇ ਹੈ ਲੇਕਿਨ ਮੇਰੇ ਖਿਆਲ ਮੁਤਾਬਕ ਹਾਲਾਤ ਸੁਧਰ ਨਹੀਂ ਰਹੇ ਹਾਲਾਤ ਬੱਦ ਤੋਂ ਬੱਤਰ ਹੋ ਰਹੇ ਹੈ ਜੀ ਹੋਰ ਵਿਗੜ ਰਹੇ ਹੈ ਜਿਹੜੇ ਅੰਕੜੇ ਸਾਡੇ ਕੋਲੇ ਆਉਂਦੇ ਹੈ ਇਹ ਅੰਕੜੇ ਉਹ ਹੈ ਜਿਹੜੇ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਨੇ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਦਾਖਲ ਹੈ ਜਿਹੜੇ ਰਜਿਸਟਰਡ ਹੈ ਜਿੰਨਾਂ ਦੇ ਰਜਿਸਟਰਾਂ ਦੇ ਵਿੱਚੋਂ ਕੌਣ ਜਿਉਂਦਾ ਹੈ ਤੇ ਕੌਣ ਮਰ ਗਿਆ ਉਹ ਅੰਕੜੇ ਆਪਣੇ ਸਾਹਮਣੇ ਪੇਸ਼ ਕਰ ਦਿੱਤੇ ਜਾਂਦੇ ਜੀ ਲੇਕਿਨ ਭਾਰਤ ਜਿਹੜਾ ਹੈਗਾ ਭਾਰਤ ਕੱਲਾ ਸ਼ਹਿਰਾਂ 'ਚ ਨਹੀਂ ਵਸਦਾ ਬਹੁਤ ਵੱਡੀ ਆਬਾਦੀ ਭਾਰਤ ਦੀ ਉਹ ਪਿੰਡਾਂ ਦੇ ਵਿੱਚ ਵਸਦੀ ਹੈ ਜੀ ਪਿੰਡਾਂ ਦਾ ਇਹਨਾਂ ਦੇ ਕੋਲ ਕੋਈ ਸਿਸਟਮ ਹੀ ਹੈ ਨਹੀਂ ਪਿੰਡਾਂ ਦੇ ਵਿੱਚ ਕੋਈ ਤੇ ਹਸਪਤਾਲ ਨਹੀਂ ਕਿਤੇ ਕੋਈ ਡਿਸਪੈਂਸਰੀ ਨਹੀਂ ਜੇ ਬਿਲਡਿੰਗਾਂ ਖੜੀਆਂ ਐ ਤੇ ਉੱਥੇ ਨਾ ਡਾਕਟਰਾਂ ਨੇ ਨਰਸਾਂ ਐ ਨਾ ਉੱਥੇ ਫਾਰਮਾਸਿਸਟ ਐ ਜੀ ਦਵਾਈ ਤਾਂ ਹੋਣੀ ਕੀ ਸੀ ਉਹ ਖੰਡਰ ਬਣ ਗਏ ਜੀ ਔਰ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ ਕਿ ਜਿਹੜੇ ਲੋਕ ਉੱਥੇ ਬਿਮਾਰ ਉਹ ਬਿਮਾਰ ਜਿਹੜੇ ਕਿਸੇ ਹਸਪਤਾਲ ਦੇ ਵਿੱਚ ਨਹੀਂ ਆਉਂਦੇ ਘਰ ਦੇ ਵਿੱਚ ਪਏ ਰਹਿੰਦੇ ਮੈਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਪਿੰਡ ਵੀ ਜਾ ਕੇ ਆਂਡਗੌਂਡ ਦੇ ਹੋਰਾਂ ਪਿੰਡਾਂ ਦੇ ਵਿੱਚ ਵੀ ਘੇੜਾ ਮਾਰ ਕੇ ਆਇਆ ਹਰ ਇੱਕ ਪਿੰਡ ਦੇ ਵਿੱਚ ਚਾਹੇ ਛੋਟਾ ਪਿੰਡਾ ਚਾਹੇ ਵੱਡਾ ਪਿੰਡ ਐਵਰੇਜ ਆਪਾਂ ਕਹਿ ਦਿੱਤ ਸਕਦੇ ਹਾਂ 200 ਦੇ ਕਰੀਬ ਬੰਦੇ ਆ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੇ ਬਿਮਾਰ ਪਏ ਔਰ ਉਹਨਾਂ ਨੂੰ ਫਿਰ ਇਹ ਕਹਿੰਦਾ ਕਿ ਕੋਈ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਡ ਗਿਆ ਸਿਸਟਮ ਤੋਂ ਵਿਸ਼ਵਾਸ ਉੱਡ ਗਿਆ ਇਸ ਕਰਕੇ ਜੇ ਉਹਨਾਂ ਨੂੰ ਕੋਈ ਸਿਆਣਾ ਬੰਦਾ ਕਹਿੰਦਾ ਚਲੋ ਜੀ ਤੁਸੀਂ ਹਸਪਤਾਲ ਜਾਓ ਤੁਹਾਡਾ ਟੈਸਟ ਕਰਵਾਦਨੇ ਕਹਿੰਦੇ ਜੀ ਨਹੀਂ ਜਿਹਨ ਨੂੰ ਵੀ ਕਹੀ ਜਾਂਦਾ ਕਿਹਾ ਜਾਂਦਾ ਕਿ ਤੁਹਾਡੇ ਟੀਕਾ ਲਗਵਾ ਲੈਣੇ ਤੁਸੀਂ ਵੈਕਸੀਨੇਸ਼ਨ ਕਰਵਾ ਲਓ ਉਹ ਕਹਿੰਦੇ ਆ ਜੀ ਨਹੀਂ ਬਹਿਮ ਕਿੰਨਾ ਫੈਲੇ ਹੋਇਆ ਹੈ ਸੋਸ਼ਲ ਮੀਡੀਆ ਦੇ ਤੇ ਕੁਝ ਲੋਕਾਂ ਨੇ ਤਾਂ ਜਿਆਦਾ ਹੀ ਗੱਲ ਫੁਲਾਤੀ ਹੈ ਕਈ ਲੋਕ ਕਹਿੰਦੇ ਆ ਜੀ ਜਿਹੜਾ ਬੰਦਾ ਹਸਪਤਾਲ ਚ ਲਾ ਗਿਆ ਉਹਨੇ ਤਾਂ ਗੱਠੜੀ ਦੇ ਵਿੱਚ ਬਨ ਕੇ ਆਉਣੇ ਉਹ ਤਾਂ ਜਿਉਂਦਾ ਰਹਿ ਨਹੀਂ ਸਕਦਾ ਮਰ ਜਾਊਗਾ ਜਿਹਨੂੰ ਤਾਂ ਪੀਪੀ ਕਿਟ ਦੇ ਵਿੱਚ ਪਾ ਕੇ ਤੇ ਸੰਸਕਾਰ ਕਰ ਦੇਣਗੇ ਤੇ ਨਾਲ ਦਲੀਲਾਂ ਦਿੰਦੇ ਕਿ ਅਸਲ ਦੇ ਵਿੱਚ ਜਿਹੜੀ WHO ਵਰਲਡ ਹੈਲਥ ਆਰਗੇਨਾਈਜੇਸ਼ਨ ਉਦੇ ਵੱਲੋਂ ਇੱਕ ਬੰਦੇ ਦੇ ਮਰਨ ਪਿੱਛੇ ਪਤਾ ਨਹੀਂ ਕਿੰਨੇ ਲੱਖ ਰੁਪਏ ਮਿਲਦੇ ਇਸ ਕਿਸਮ ਦਾ ਪ੍ਰਚਾਰ ਕੀਤਾ ਜਾਂਦਾ ਵੀ ਇਹਦਾ ਜਿਹੜਾ ਗਿਆ ਉਹਨੂੰ ਮਾਰ ਹੀ ਦਿੰਦੇ ਹਾਂਜੀ ਹੁਣ ਉਹਦਾ ਨਤੀਜਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਪਏ ਐ ਜਿਹੜੇ ਮਰ ਰਹੇ ਐ ਰੋਜ਼ ਪਿੰਡਾਂ ਦੇ ਵਿੱਚ ਕਈ-ਕਈ ਥਾਵਾਂ ਦੇ ਉੱਤੇ ਜਿਹੜੇ ਹੈਗੇ ਆ ਉਸੇ ਤਰ੍ਹਾਂ ਜਿਵੇਂ ਵੱਡੇ ਸ਼ਹਿਰਾਂ ਦੇ ਵਿੱਚ ਸਿਵਿਆਂ ਦੇ ਵਿੱਚ ਲਾਈਨਾਂ ਲੱਗ ਗਈਆਂ ਲਾਈਨਾਂ ਵਾਲੀ ਹਾਲਤ ਬਣੀ ਹੋਈ ਐ ਉਹ ਲੋਕ ਨਹੀਂ ਕਦੇ ਕਹਿੰਦੇ ਕਿ ਸਾਨੂੰ ਕਰੋਨਾ ਕਹਿੰਦੀ ਐ ਜੀ ਟਾਈਫਾਇਡ ਹੋ ਗਿਆ ਜੀ ਇਨਸਾ ਦੀ ਪਾਣੀ ਚਾਰਾ ਹੋ ਗਿਆ ਹਾਂਜੀ ਇਹਨੂੰ ਤਾਂ ਜੀ ਖੰਗ ਲੱਗ ਗਈ ਇਸ ਕਿਸਮੀਆਂ ਗੱਲਾਂ ਕਰੀ ਜਾਂਦੇ ਆ ਬਾਹਰ ਹੋ ਜਾਂਦੇ ਆ ਜੀ ਜਿਹੜਾ ਇਸ ਕਿਸਮ ਦੇ ਲੋਕਾਂ ਦੀ ਮੌਤ ਹੁੰਦੀ ਆ ਮੌਤ ਦਾ ਜਿਹੜਾ ਅੰਕੜਾ ਜਿਹੜਾ ਸਾਨੂੰ ਆ 3 ਲੱਖ ਦਾ ਦਿਖਾਇਆ ਗਿਆ 3 ਲੱਖ ਨਾਲੋਂ ਕਿਤੇ ਵੱਧ ਹੈ ਕਈ ਕੁਝ ਵੱਧ ਹੈ ਤੇ ਇਹਦੇ ਚੱਲਦੇ ਆ ਜੀ ਹੁਣ ਆਪਾਂ ਦੇਖੀ ਤਾਂ ਦਾ ਹਾਲਾਤ ਕੀ ਹੈ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਆ ਜੋ ਕੁਝ ਹੁਣ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਹੈ ਸਾਡੇ ਦੇਸ਼ ਦੇ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਡਿਕਲੇਅਰ ਕਰਤਾ ਸੀ ਸੀਸੀ ਕੋਰੋਨਾ ਤੇ ਜਿੱਤ ਪ੍ਰਾਪਤ ਕਰ ਲਈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਵਧਾਈ ਵੀ ਦਿੱਤੀ ਸੀ ਮੋਦੀ ਸਾਹਿਬ ਨੂੰ ਜੀ ਇਹ ਤਾਂ ਮੋਦੀ ਹ ਤੋਂ ਮੁਮਕਨਾ ਹੈ ਦੇਖੋ ਬਾਕੀ ਦੁਨੀਆ ਦੇ ਵਿੱਚ ਤਾਂ ਰੌਲਾ ਪਈ ਜਾਂਦੇ ਇਹੀ ਚੀਜ਼ ਜਿਹੜੀ ਹੈਗੀ ਹੈ ਸਾਨੂੰ ਇਸ ਵੇਲੇ ਮਰਵਾਉਣ ਵਾਲੇ ਪਾਸੇ ਚਲੀ ਹੈ ਤੁਹਾਡੇ ਧਿਆਨ ਚ ਹੋਣਾ ਕਿ ਜਦੋਂ ਮਿਸਟਰ ਟਰੰਪ ਹੁੰਦੇ ਸੀ ਰਾਸ਼ਟਰਪਤੀ ਟਰੰਪ ਸਾਹਿਬ ਨੇ ਮਾਸਕ ਪਾਉਣ ਤੋਂ ਵੀ ਇਨਕਾਰ ਕਰਤਾ ਸੀ ਕਹਿੰਦੇ ਜੀ ਕੋਈ ਮਾਸਕ ਮੁਸਕਲੀ ਲੋੜ ਨਹੀਂ ਬਿਮਾਰੀ ਹੈ ਹੀ ਕੋਈ ਨਹੀਂ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਐਲਾਨ ਕਰਤਾ ਸੀ ਕਿ ਜੀ ਹੱਥਾਲੀਆਂ ਵਜਾਓ ਤਾਲੀਆਂ ਵਜਾਓ ਦੀਵੇ ਜਗਾਓ ਮੋਬਾਈਲਾਂ ਦੀਆਂ ਤਸਵੀਰ ਲਾਈਟਾਂ ਜਗਾਓ ਨਾਲ ਸੰਖ ਵਜਾਓ ਰਣ ਸਿੰਘੇ ਵਜਾਓ ਹਾਂਜੀ ਤੇ ਕਹਿੰਦੇ ਤੇਰਾ 18 ਜਨਾਂ ਦੇ ਵਿੱਚ ਤਾਂ ਅਸੀਂ ਮਹਾ ਭਾਰਤੀ ਜੰਗ ਜਿੱਤ ਲਈ ਸੀ ਤੇ ਤਿੰਨ ਹਫ਼ਤਿਆਂ ਦੇ ਵਿੱਚ ਕਰੋਨਾ ਵਾਲੀ ਜੰਗ ਵੀ ਜਿੱਤ ਲਾਂਗੇ ਲੋ ਜੀ ਆਪਾਂ ਤਾਂ ਜਿੱਤੀ ਪਏ ਜੀ ਜਿਹੜੀ ਦਵਾਈ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਉਹ ਪ੍ਰਬੰਧ ਨਹੀਂ ਕੀਤਾ ਜਿਹੜੀ ਦਵਾਈ ਸਾਡੇ ਕੋਲੇ ਥੋੜੀ ਬਹੁਤੀ ਵੀ ਪਈ ਸੀ ਉਹ ਅਸੀਂ ਦਾਤੇ ਬਣ ਕੇ ਬਾਹਰ ਭੇਜਣ ਦੀ ਇਜਾਜ਼ਤ ਦੇ ਦਿੱਤੀ ਕਿ ਜਿਹਨੇ ਬਾਹਰ ਮਰਜ਼ੀਆਂ ਭੇਜੋ ਹੁਣ ਜਿਹੜੀ ਹੈ ਇਲਾਜ ਵਾਸਤੇ ਦਵਾਈ ਚਾਹੀਦੀ ਹੈ ਦਵਾਈ ਕਿਥੋਂ ਮਿਲ ਨਹੀਂ ਰਹੀ ਤਾਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨੇ ਪਹਿਲੇ ਜਿਹੜੀ ਇਹ ਕੀਤੀ ਸੀ ਕਿ ਅੱਧੀ ਦਵਾਈ ਜਿਹੜੀ ਇਹ ਖਰੀਦਣਗੇ ਔਰ ਅੱਧੀ ਦਵਾਈ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੱਤੀ ਜਾਊਗੀ ਤੇ ਕੁਝ ਰਾਜ ਸਰਕਾਰਾਂ ਨੂੰ ਵੀ ਦਿੱਤੀ ਜਾਊਗੀ। ਰਾਜ ਸਰਕਾਰਾਂ ਬਾਰੇ ਇਹ ਗੱਲ ਕਹੀ ਸੀ ਕਿ ਜਿਹੜੀ ਦਵਾਈ ਭਾਰਤ ਸਰਕਾਰ ਦੇ ਕੋਲੇ ਹੈ ਜਿਹੜੀ ਸਪਲਾਈ ਇਹਨਾਂ ਨੂੰ ਮਿਲੂਗੀ। ਇਸ ਦਵਾਈ ਨੂੰ ਜਿਹੜੇ ਇੰਜੈਕਸ਼ਨ ਲਾਉਣੇ ਇਹ ਜਿਹੜੇ ਹੈਗੇ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਬੰਦਿਆਂ ਦੇ ਆਪਾਂ ਲਾ ਸਕਦੇ ਆ। ਜੀ ਔਰ ਇਹ ਸਰਕਾਰੀ ਹਸਪਤਾਲਾਂ ਦੇ ਵਿੱਚ ਕਹਿੰਦੇ ਜੀ ਮੁਫਤ ਲੱਗਣਗੇ। ਜਾਂ ਜਿਹੜੀ ਪਹਿਲੀ ਕਤਾਰ ਦੇ ਯੋਧੇ ਆ ਉਹਨਾਂ ਨੂੰ ਇਹ ਮੁਫਤ ਲਾਈ ਜਾਣਗੇ ਕੁਝ ਇਸ ਕਿਸਮ ਦਾ ਉਦੋਂ ਪ੍ਰੋਗਰਾਮ ਬਣਾ ਦਿੱਤਾ ਸੀ ਲੇਕਿਨ ਜੇ ਆਪਾਂ ਦੇਖੀਏ 45 ਸਾਲ ਤੋਂ ਉੱਪਰ ਦੀ ਉਮਰ ਵਾਲੀ ਜਿਹੜੀ ਹੈਗੀ ਆਬਾਦੀ ਉਹ ਦੀ ਗਿਣਤੀ ਬਹੁਤ ਘੱਟ ਹੈ ਜਿਆਦਾ ਆਬਾਦੀ ਤਾਂ ਜਿਹੜੀ ਆ ਯੰਗ ਹੈ ਉਹ ਯੂਥ ਹੈ ਕਿਹਾ ਜਾਂਦਾ ਫਿਰ ਫਿਰ ਇਹ ਕਹਿੰਦਾ ਜੀ 18 ਤੋਂ ਲੈ ਕੇ 44 ਸਾਲ ਤੱਕ ਵਾਲੇ ਲੱਭ ਲੋ ਬੰਦੇ ਆਪਾਂ ਉਹਨਾਂ ਦੇ ਲਾਉਣੇ ਐਲਾਨ ਵੀ ਕਰਤਾ ਕਿ 1 ਮਈ ਤੋਂ ਜੀ ਉਹਨਾਂ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ ਐਲਾਨ ਕਰਤਾ ਲੇਕਿਨ ਵੈਕਸੀਨ ਕਿਸੇ ਕੋਲ ਹੈ ਨਹੀਂ ਕੀ ਜੀ ਫਿਰ ਪਿੱਟੇ ਸੁਬਿਆਲੇ ਕਿ ਦੱਸੋ ਜੀ ਵੈਕਸੀਨ ਕਿੱਥੋਂ ਲੈ ਕੇ ਆਈਏ ਸਾਰੇ ਕੋਲ ਤਾਂ ਵੈਕਸੀਨ ਹੀ ਨਹੀਂ ਹੈ ਵੈਕਸੀਨ ਦਿਓ ਤੇ ਮੋਦੀ ਸਾਹਿਬ ਦੀ ਸਰਕਾਰ ਨੇ ਕਹਿੰਦਾ ਐਂ ਕਰੋ ਇੰਟਰਨੈਸ਼ਨਲ ਮਾਰਕੀਟ ਚੋਂ ਲੈ ਲਓ ਲਓ ਜੀ ਇੰਟਰਨੈਸ਼ਨਲ ਮਾਰਕੀਟ ਤੇ ਚੋਂ ਉਹਨਾਂ ਨੇ ਟੈਂਡਰ ਮੰਗ ਲਈ ਕਿ ਲਿਆਓ ਜੀ ਸਾਨੂੰ ਦਿਓ ਦਵਾਈ ਕੌਣ ਕੌਣ ਦਿੰਦੀ ਹੈ ਮਾਡਰਨਾ ਦਾ ਪਹਿਲਾਂ ਮਾਡਰਨਾ ਤੋਂ ਦਵਾਈ ਮੰਗੀ ਫਿਰ ਦੀ ਆਪਣੀ ਫਾਈਜ਼ਰ ਵਾਲਿਆਂ ਤੋਂ ਵੀ ਮੰਗ ਲਈ ਜੀ ਸਾਨੂੰ ਜੀ ਦੇ ਦਿਓ ਉਹਨਾਂ ਨੇ ਹੁਣ ਜਵਾਬ ਦਿੱਤਾ ਪਹਿਲਾਂ ਮਾਡਰਨਾ ਨੇ ਤੇ ਅੱਜ ਫਾਈਜ਼ਰ ਵਾਲੇ ਨੇ ਵੀ ਦਿੱਤਾ ਕਹਿੰਦੇ ਜੀ ਤੁਸੀਂ ਭਾਰਤ ਸਰਕਾਰ ਨਾਲ ਗੱਲ ਕਰੋ ਜੀ ਅਸੀਂ ਸਟੇਟਾਂ ਦੇ ਨਾਲ ਸਿੱਧੀ ਕੋਈ ਲੈਣ ਦੇ ਨਹੀਂ ਕਰਦੇ ਅਸੀਂ ਤਾਂ ਭਾਰਤ ਸਰਕਾਰ ਦੇ ਨਾਲ ਜਿਹੜੀ ਹੈਗੀ ਸਾਡੀ ਕਮਿਟਮੈਂਟ ਹੈ ਇਸ ਤਾਂ ਉਹਨਾਂ ਨੂੰ ਦੇਵਾਂਗੇ ਉਹ ਸਾਥੋਂ ਖਰੀਦ ਲੈਣ ਤੇ ਤੁਹਾਨੂੰ ਦੇ ਦੇਣ ਇਹ ਹੁਣ ਇਹ ਸਮਝ ਨਹੀਂ ਆਉਂਦੀ ਵੀ ਜਦੋਂ ਸਟੇਟਾਂ ਨੂੰ ਬਾਹਰ ਲੀਆਂ ਕੰਪਨੀਆਂ ਨੇ ਦੇਣੀ ਨਹੀਂ ਨਰਿੰਦਰ ਮੋਦੀ ਸਾਹਿਬ ਜ਼ਿੰਮੇਵਾਰੀ ਤੋਂ ਭਾਈ ਤੇ ਕਿਉਂ ਹੈ ਉਹਨਾਂ ਦੀ ਸਰਕਾਰ ਨੂੰ ਉਹ ਖਰੀਦਣੀ ਚਾਹੀਦੀ ਹੈ ਪੈਸੇ ਬੰਮ ਸਟੇਟਾਂ ਤੋਂ ਲੈ ਲੈਣ ਜੀ ਸਟੇਟਾਂ ਦੇ ਉੱਤੇ ਮਤਲਬ ਪਾ ਦੇਣ ਕੇ ਭਾਈ ਤੁਹਾਨੂੰ ਇੰਨੀ ਵੈਕਸੀਨ ਦੇ ਦਿੱਤੀ ਤੇ ਇਹਨੇ ਪੈਸੇ ਬਣਦੇ ਸਾਨੂੰ ਦੇਓ ਘੱਟੋ ਘੱਟ ਇਹ ਤਾਂ ਹੋ ਵੀਣਾ ਕਿ ਲੋਕਾਂ ਦੀ ਟੀਕੇ ਲਗਣੀ ਸ਼ੁਰੂ ਹੋ ਜਾਣ। ਬਿਲਕੁਲ ਜੀ। ਹੁਣ ਇੱਥੇ ਗੱਲ ਕੀ ਹੈ ਕਿ ਜਿੱਥੇ ਤਾਂ ਹੈਗੀਆਂ ਬੀਜੇਪੀ ਦੀਆਂ ਸਰਕਾਰਾਂ ਜੀ। ਉੱਥੇ ਕੋਈ ਰੌਲਾ ਨਹੀਂ। ਉੱਥੇ દવા ਤੜਾ ਤੜ ਦੀ ਜਾਂਦੀ। ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਹੈ। ਆਪੋਜੀਸ਼ਨ ਦੀਆਂ ਸਰਕਾਰਾਂ ਨੂੰ ਵਾਲੀਆਂ ਥਾਮਾਂ ਤੇ ਉੱਥੋਂ ਦੇ ਲੋਕਾਂ ਨੂੰ ਹੀ ਕਿਸਮ ਦੀ ਸਜ਼ਾ ਦਿੱਤੀ ਜਾਂਦੀ ਹੈ। ਅੱਜ ਮਨੀਸ਼ ਸੋਦਿਆ ਜਿਹੜੇ ਦੀਪਤੀ ਮੁੱਖ ਮੰਤਰੀ ਹੈ ਦਿੱਲੀ ਦੇ ਉਹਨਾਂ ਦੀ ਵੀ ਇੱਕ ਸਟੇਟਮੈਂਟ ਲੱਗੀ ਹੈ ਉਹਨਾਂ ਨੇ ਵੀ ਕਿਹਾ ਕਿ ਟੀਕੇ ਦੇ ਨਾਂ ਦੇ ਉੱਤੇ ਕਿਰਪਾ ਕਰਕੇ ਪੋਲਿਟਿਕਸ ਨਾ ਕਰੋ ਜੀ ਟੀਕਿਆਂ ਦੇ ਨਾਂ ਦੇ ਉੱਤੇ ਵੀ ਤੁਸੀਂ ਪੋਲਿਟਿਕਸ ਨਾ ਕਰੋ ਸਾਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾ ਲੈਣ ਦਿਓ ਲੋਕ ਮਰ ਰਹੇ ਆ ਲੋਕਾਂ ਨੂੰ ਬਚਾਉਂਦਾ ਇੱਕੋ ਇੱਕ ਜਿਹੜਾ ਹੈਗਾ ਉਪਾਅ ਹੈ ਉਹ ਉਪਾਅ ਵੀ 100% ਟੀਕਾ ਕਰਨ ਹੋਵੇ ਪਰ ਜੇ ਅੱਜ ਅਸੀਂ ਦੇਖੀਏ ਵੀ ਇਸ ਹਿਸਾਬ ਨਾਲ ਤਾਂ ਮੇਰਾ ਖਿਆਲ ਹੈ ਵੀ ਆਪਣੇ ਤਾਂ ਕਈ ਸਾਲ ਨਹੀਂ ਟੀਕਾ ਕਰਨ ਹੋਣਾ ਕਿਉਂਕਿ ਮੈਡੀਸਿਨ ਨਹੀਂ ਮਿਲ ਰਹੀ ਸਪੂਤ ਨੇ ਕਿ ਦਵਾਈ ਹੈ ਜਿਹੜੀ ਜਿਹੜੀ ਦਵਾਈ ਨੂੰ ਪਹਿਲਾਂ ਰਿਜੈਕਟ ਕਰਤਾ ਸੀ ਭਾਰਤ ਵਾਲੇ ਨੇ ਕਹਿੰਦੇ ਨਹੀਂ ਜੀ ਇਹ ਕਿਸੇ ਕੰਮ ਦੀ ਚੀਜ਼ ਨਹੀਂਗੀ ਅਰਸ਼ੀਨ ਦਵਾਈ ਹੈ ਹੁਣ ਸਪੂਤ ਨਿਕ ਵਾਸਤੇ ਵੀ ਕਹਤਾ ਮਹਿੰਗੀ ਹੈ ਦਵਾਈ ਉਹ ਵੀ ਲੈ ਰਹੇ ਅੱਜ ਹੁਣ ਫੇਰ ਪਤਾ ਲੱਗਿਆ ਕਿ ਸਪੂਤ ਨਿਕ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵੀ ਭਾਰਤ ਕਰਨ ਬਾਰੇ ਸੋਚ ਰਹੀ ਹੈ ਅੱਛਾ ਜੀ ਸ਼ਾਇਦ ਉਹਦੀ ਸ਼ੁਰੂ ਹੋ ਜਾਏ ਜੇ ਭਾਰਤ ਦੇ ਵਿੱਚ ਉਹਦੀ ਪ੍ਰੋਟੈਕਸ਼ਨ ਸ਼ੁਰੂ ਹੁੰਦੀ ਹੈ ਤਾਂ ਫਿਰ ਸਾਨੂੰ ਪੁਰਾਣੇ ਦਿਨ ਯਾਦ ਆਉਣਗੇ ਕਿ ਜਿਸ ਅਮਰੀਕਾ ਦੇ ਨਾਲ ਅਸੀਂ ਯਾਰੀ ਲਾਈ ਸੀ ਰੂਸ ਨੂੰ ਛੱਡ ਕੇ ਉਹ ਅਮਰੀਕਾ ਦਾ ਸਾਡੀ ਬਾਹ ਬਣਨ ਨੂੰ ਤਿਆਰ ਵੀ ਠੀਕ ਹੈ ਅਕਸਰ ਜਿਹੜੇ ਪੁਰਾਣੇ ਮਿੱਤਰਾਂ ਕੰਮ ਉਹੀ ਆਉਂਦੇ ਐ ਰੂਸ ਵਾਲਿਆਂ ਨੇ ਫਿਰ ਕਹਿੰਦਾ ਕੋਈ ਗੱਲ ਨਹੀਂ ਭਾਈ ਜੀ ਤੁਸੀਂ ਉਤਪਾਦਨ ਕਰ ਲਓਗੇ ਫਾਰਮੂਲਾ ਤਾਂ ਸਾਡਾ ਤੁਸੀਂ ਕਰ ਲਓ ਆਪਣੇ ਦੇਸ਼ ਦੇ ਵਿੱਚ ਸੋ ਕੁੱਲ ਮਿਲਾ ਕੇ ਆਪਾਂ ਦੇਖੀ ਇੱਥੇ ਜਿਹੜੀ ਜਿਹੜੀ ਕਰਦੀਆਂ ਸਰਕਾਰਾਂ ਤੇ ਭਰਦੀ ਜਨਤਾ ਹੈ ਇੱਥੇ ਜਨਤਾ ਨੂੰ ਭਰਨਾ ਪੈ ਰਿਹਾ ਮਰ ਰਹੀ ਹੈ ਜਨਤਾ ਤੇ ਖੇਖਣ ਜਿਹੜੀ ਆ ਸਰਕਾਰਾਂ ਦੀਆਂ ਚਾਹੇ ਸੂਬਾ ਸਰਕਾਰਾਂ ਦੇ ਚਾਹੇ ਉਹ ਕੇਂਦਰ ਸਰਕਾਰਾਂ ਜੀ ਬਿਲਕੁਲ ਸੋ ਜਾਂਦੇ ਹੁੰਦੇ ਜੀ ਤਖਤ ਸ੍ਰੀ ਹਜੂਰ ਸਾਹਿਬ ਦੀ ਮੈਨੇਜਮੈਂਟ ਨੇ ਦਿਖਾਇਆ ਰਾ ਸੋ ਕੀ ਰਾ ਦਿਖਾਇਆ ਇਹ ਵੀ ਖਬਰ ਆਪਾਂ ਜਰੂਰ ਦੇਖੋ ਜੀ ਇਹ ਬਹੁਤ ਵਧੀਆ ਰਾ ਦਿਖਾਇਆ ਮੇਰੇ ਖਿਆਲ ਹੈ ਵੀ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਐਡਾ ਵਧੀਆ ਇਨਕਲਾਬੀ ਫੈਸਲਾ ਪਹਿਲਾਂ ਕਦੇ ਨਹੀਂ ਹੋਇਆ ਜਿਹੜਾ ਹੁਣ ਕੀਤਾ ਹੈ ਅੱਛਾ ਜੀ ਤੁਸੀਂ ਇਹ ਦੇਖੋ ਕਿ ਕ੍ਰਿਸ਼ਨ ਹੈ ਕ੍ਰਿਸ਼ਨ ਦਾ ਜੀ ਅੱਜ ਸਾਰੀ ਦੁਨੀਆ ਦੇ ਵਿੱਚ ਝੰਡਾ ਬੁਲੰਦ ਹੈ ਕਿਸ ਕਰਕੇ ਬੁਲੰਦ ਹੈ ਦੋ ਗੱਲਾਂ ਕਰਕੇ ਇਕ ਐਜੂਕੇਸ਼ਨ ਦੀ ਵਜ੍ਹਾ ਕਰਕੇ ਤੇ ਦੂਜਾ ਉਹਨਾਂ ਦੀਆਂ ਮੈਡੀਕਲ ਫੈਸਿਲਿਟੀ ਦੀ ਵਜ੍ਹਾ ਕਰ। ਜੀ। ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਮੈਂ ਪੰਜਾਬ ਦੀ ਗੱਲ ਕਰੂੰਗਾ। ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਕਾਨਵੈਂਟ ਜਾਂ ਜੇ ਵੀਅਰ ਸਕੂਲ ਮਿਲੂਗਾ। ਸਹੀ ਗਿਆ ਸਹੀ ਗਿਆ। ਠੀਕ ਹੈ ਜਿੱਥੇ ਉੱਚ ਪੱਧਰੀ ਵਿੱਦਿਆ ਦਿੱਤੀ ਜਾਂਦੀ ਹੈ। ਜੀ ਬਿਲਕੁਲ। ਇੱਥੇ ਉਹਨਾਂ ਦੇ ਚਰਚ ਵੀ ਹੈਗੀ ਹੈ ਜਿੱਥੇ ਉਹ ਆਪਣੀ ਪਾਠ ਪੂਜਾ ਵੀ ਕਰਦੇ ਆ। ਤੇ ਜੇ ਅਸੀਂ ਦੇਖੀਏ ਹਸਪਤਾਲਾਂ ਦੀ ਗੱਲ ਕਿਸੇ ਜ਼ਮਾਨੇ ਦੇ ਵਿੱਚ ਫਿਰੋਜ਼ਪੁਰ ਦਾ ਮਿਸ਼ਨ ਹਸਪਤਾਲ ਹੁੰਦਾ ਸੀ। ਜੀ। ਬੜਾ ਸਿਖਰ ਦੇ ਉੱਤੇ ਹੁੰਦਾ ਸੀ ਬੜਾ ਵੱਡਾ ਨਾ ਹੁੰਦਾ ਸੀ। ਤੇ ਫਿਰ ਜਦੋਂ ਸਾਡੇ ਨੇੜੇ ਤੇੜੇ ਕੋਈ ਵੱਡਾ ਹਸਪਤਾਲ ਨਹੀਂ ਹੁੰਦਾ ਸੀ ਸਾਡੇ ਇਹਨਾਂ ala ਕੈਂਦੇ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਬੰਦੇ ਜ਼ਖਮੀ ਹੋ ਜਾਂਦੇ ਉਹਨਾਂ ਨੂੰ ਚੱਕ ਕੇ ਕਿੱਥੇ ਲੈ ਜਾਂਦੇ ਹੁੰਦੇ ਸੀ ਸੀਐਮਸੀ ਲੋ ਦਿਖਾਣਾ ਬਿਲਕੁਲ ਜੀ ਜੀ ਉਹਦੇ ਡੀਐਮਸੀ ਵਗੈਰਾ ਨਹੀਂ ਬਣੇ ਸੀਗੇ ਸੀਐਮਸੀ ਬਣੇ ਵਾਸੀ ਤੇ ਸੀਐਮਸੀ ਦਾ ਮੁਕਾਬਲਾ ਕਰਨ ਵਾਸਤੇ ਹੀ ਕੁਝ ਫਿਰ ਉਦਮੀਆਂ ਨੇ ਇੱਕ ਡੀਐਮਸੀ ਹਸਪਤਾਲ ਬਣਾਇਆ ਸੀ ਜੀ ਉਹ ਜਿਹੜਾ ਹੈਗਾ ਡੀਐਮਸੀ ਦੇ ਵਿੱਚ ਚਰੋ ਉੱਥੇ ਕਮਾਈ ਤਾਂ ਚੰਗੀ ਕਰਦੇ ਆ ਪੈਸੇ ਪੂਸਾ ਚੰਗਾ ਲੈਂਦੇ ਆ لیکن ਜੇ ਆਪਾਂ ਟ੍ਰੀਟਮੈਂਟ ਕਹਿ ਲਈਏ ਜਿਹੜਾ ਡੀ ਐਮ ਸੀ ਦੇ ਮੁਕਾਬਲ ਤਨ ਸੀ ਐਮ ਸੀ ਦਾ ਟ੍ਰੀਟਮੈਂਟ ਅੱਜ ਵੀ ਕਿਤੇ ਵੱਧ ਹੈ। ਸੋ ਅਸੀਂ ਇਹ ਦੇਖੀਏ ਕਿ ਉਹਨਾਂ ਨੇ ਐਜੂਕੇਸ਼ਨ ਦੇ ਉੱਤੇ ਤੇ ਜਿਹੜੀਆਂ ਸਿੱਤ ਸੁਭਾਵਾਂ ਦੇ ਉੱਤੇ ਆਪਣਾ ਸਾਰਾ ਧਿਆਨ ਕੇਂਦਰਿਤ ਕੀਤਾ ਹੈ। ਔਰ ਤੁਸੀਂ ਦੇਖੋ ਕਿ ਸਾਰੀ ਦੁਨੀਆ ਦੇ ਵਿੱਚ ਇਸਾਈ ਧਰਮ ਦੇ ਡੰਕੇ ਵੱਜਦੇ ਆ। ਸਾਡਾ ਧਰਮ ਉਹ ਹੈ ਜਿਹੜਾ ਧਰਮ ਬੜਾ ਛੋਟਾ ਹੈ। ਜਿਹੜਾ ਧਰਮ ਬੜਾ ਇਨਕਲਾਬੀ ਹੈ। ਜਿਹੜਾ ਧਰਮ ਨੂੰ ਇੱਕ ਵਿਗਿਆਨਿਕ ਤੌਰ ਦੇ ਉੱਤੇ ਕਿਉਂਕਿ ਜਿਹੜੀ ਬਾਣੀ ਸਾਡੀ ਲਿਖੀਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਤੇ ਰਿਸਰਚ ਹੋ ਰਹੀ ਹੈ ਦੁਨੀਆ ਦੀ ਕੋਈ ਭਾਸ਼ਾ ਨਹੀਂ ਹੋਣੀ ਮੇਰਾ ਖਿਆਲ ਜਿਹਦੇ ਵਿੱਚ ਉਹ ਨਾ ਟਰਾਂਸਲੇਟ ਹੋਈ ਹੋਵੇ ਬਿਲਕੁਲ ਜੀ ਬਹੁਤ ਸਾਰੀਆਂ ਜਿਹੜੀਆਂ ਦੁਨੀਆ ਦੀਆਂ ਪ੍ਰਵਾਂਤ ਪਛਾਣਾਂ ਉਹਨਾਂ ਦੇ ਵਿੱਚੋਂ ਟਰਾਂਸਲੇਟ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਔਰ ਉਹ ਸਾਡੀ ਹਾਲਤ ਕੀ ਸਾਡੇ ਕੋਲ ਕੋਈ ਕਮੀ ਨਹੀਂ ਜਦੋਂ ਦੇਸ਼ ਦੇ ਉੱਤੇ ਜਾਂ ਦੁਨੀਆ ਦੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਤੇ ਉਸ ਮੁਸੀਬਤ ਵੇਲੇ ਅਸੀਂ ਕੀ ਕਰਦੇ ਹਾਂ ਜੀ ਅਸੀਂ ਥਾਂ ਥਾਂ ਲੰਗਰ ਲਾਦਦੇ ਹਾਂ ਜੀ ਦੁਨੀਆ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਸ਼ੇਅਰ ਕਿੰਨਾ ਸਾਡੀ ਪਾਪੂਲੇਸ਼ਨ ਦਾ ਬਹੁਤ ਛੋਟਾ ਸ਼ੇਅਰ ਹੈ ਇਹਦੇ باوجود ਅਸੀਂ ਇੰਨੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਲੰਗਰ ਪਾਣੀ ਪ੍ਰੋਵਾਈਡ ਕਰਦੇ ਆਂ ਲੰਗਰ ਅਸੀਂ ਲਾਉਨੇ ਆਂ ਔਰ ਲੰਗਰ ਦੀ ਸੰਗਤ ਤੇ ਪੰਗਤ ਦੀ ਸਾਡੀ ਇਹਦੀ ਰਵਾਇਤ ਹੈ ਇਹਦਾ ਕੋਈ ਸਾਨੀ ਹੈ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਸਾਡੇ ਬੜੇ ਦਾਨੀ ਸੱਜਣ ਪਏ ਜੀ ਔਰ ਬਹੁਤ ਸਾਰਾ ਸੋਨਾ ਵਗੈਰਾ ਵੀ ਸਾਡੇ ਕੋਲੇ ਪਿਆ ਸਾਡੇ ਕੋਲੇ ਜਿਹੜਾ ਸੋਨਾ ਅਸੀਂ ਗੁਰੂ ਘਰਾਂ ਦੇ ਉੱਤੇ ਲਾਈਏ ਨੇ ਮੜੀ ਜਾਣੀ ਜੀ ਹਜੂ ਤੱਕ ਤਾਂ ਹਜੂਰ ਸਾਹਿਬ ਦੇ ਕੋਲੇ ਵੀ ਸੋਨਾ ਬਹੁਤ ਸਾਰਾ ਪਿਆ ਹੁਣ ਉਹਨਾਂ ਦੀ ਮੈਨੇਜਮੈਂਟ ਨੇ ਇੱਕ ਫੈਸਲਾ ਕਰ ਲਿਆ ਕਿ ਜਿਹੜਾ ਸੋਨਾ ਤਹਿ ਖਾਨਿਆਂ ਚ ਪਿਆ ਇਹਨੂੰ ਵਾਰ ਕਰ ਲਓ ਇਸ ਨੂੰ ਅਸੀਂ ਕਰਾਉਣਾ ਕੀ ਹੈ ਜੀ ਅਸੀਂ ਜਿਹੜਾ ਗੁੰਬਦਾਂ ਦੇ ਉੱਤੇ ਬਥੇਰਾ ਸੋਨਾ ਲਾਤਾ ਹੁਣ ਸਾਨੂੰ ਆਪਣੇ ਭਾਈਚਾਰੇ ਦੀ ਸੇਵਾ ਕਰਨ ਦੀ ਲੋੜ ਹੈ ਇਸ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਮਤਲਬ ਜਿਹੜੀ ਹੈਗੀ ਐਜੂਕੇਸ਼ਨ ਵਾਸਤੇ ਤੇ ਹੈਲਥ ਸਵਾਮਾ ਵਾਸਤੇ ਸੋਨੇ ਨੂੰ ਵੇਚੋ ਉਹਦਾ ਪੈਸਾ ਲਾਓ ਔਰ ਉਹ ਪੈਸਾ ਉਸ ਪਾਸੇ ਲਾਓ ਅੱਛਾ ਜੀ ਔਰ ਹਜੂਰ ਸਾਹਿਬ ਦੀ ਉੱਥੇ ਉਹਨਾਂ ਨੇ ਜਗ੍ਹਾ ਦੇਖ ਲਈ ਹੈ ਜਗ੍ਹਾ ਸਿਲੈਕਟ ਕਰ ਲਈ ਹੈ ਵੈਸੇ ਤੱਕ ਸਭ ਦੇ ਕੋਲ ਜਗ੍ਹਾ ਬਹੁਤ ਪਈ ਹੈ ਔਰ ਉਹਨਾਂ ਨੇ ਮੈਡੀਕਲ ਕਾਲਜ ਤੇ ਵੱਡਾ ਹਸਪਤਾਲ ਖੋਲਣ ਦਾ ਫੈਸਲਾ ਕਰ ਲਿਆ अच्छा जी कोविड-19 ਚੱਲ ਰਹੀ ਹੈ ਕੱਲ ਮੈਂ ਦੇਖ ਰਿਆ ਸੀਗਾ ਵੀ ਉੱਥੋਂ ਦੇ ਜਿਹੜੇ ਹੈਗੇ ਆ ਪ੍ਰਬੰਧਕ ਉਹ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਬੈਠ ਕੇ ਫੈਸਲਾ ਕਰ ਰਹੇ ਤੇ ਭਾਈ ਜੀ ਫਿਰ ਉਸ ਫੈਸਲੇ ਨੂੰ ਅਨਾਉਂਸ ਕਰ ਰਹੇ ਜੀ ਔਰ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਫੈਸਲਾ ਉਹਨਾਂ ਦਾ ਇਨਕਲਾਬੀ ਰਾਹ ਹੈ ਔਰ ਇਹ ਰਾਜ ਰਹੇਗਾ ਇਹ ਰਾਹ ਸਾਨੂੰ ਵੀ ਅਪਣਾਉਣਾ ਚਾਹੀਦਾ ਹੈ ਇਸ ਲਈ ਜੇ ਅਸੀਂ ਦੇਖੀ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਭਾਵੇਂ ਕਈ ਸਕੂਲ ਵੀ ਚੱਲਦੇ ਆ ਕਾਲਜ ਵੀ ਚੱਲਦੇ ਆ ਮੈਡੀਕਲ ਕਾਲਜ ਵੀ ਹੈਗੇ ਜੀ ਲੇਕਿਨ ਜਿਸ ਢੰਗ ਦੇ ਨਾਲ ਵਿਦਿਅਕ ਸੰਸਥਾਵਾਂ ਵੱਲ ਤੇ ਸਿਹਤ ਸੰਸਥਾਵਾਂ ਵੱਲ ਧਿਆਨ ਦੇਣਾ ਚਾਹੀਦਾ ਸਮਰਪਿਤ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਭਾਵਨਾ ਨਹੀਂ ਹੈ ਜੀ ਦਿੱਲੀ ਦੀ ਗੁਰਦੁਆਰਾ ਕਮੇਟੀ ਆ ਪਤਾ ਨਹੀਂ ਕਿੰਨੀ ਕੋਥੇ ਲੜੀ ਆ ਲੋਕ ਜਿਹੜੇ ਹੈਗੇ ਸੇਵਾ ਕਰਦੇ ਆ ਕਿੰਨਾ ਕੋਥੇ ਪੂਜਾ ਲੋਕ ਚੜਾਉਂਦੇ ਆ ਸਾਰਾ ਕੁਝ ਸਾਡਾ ਕੋ ਹੈ ਬਰ ਜਿਹੜਾ ਹੈਗਾ ਸੀ ਉਹਨੂੰ ਇਸਤੇਮਾਲ ਨਹੀਂ ਕਰਦੇ ਸੋ ਹਜ਼ੂਰ ਸਾਹਿਬ ਜਿੱਥੇ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅਬ ਸਰੀਰ त्यागਿਆ ਸੀ ਜੀ ਉਸ ਜਗ੍ਹਾ ਤੋਂ ਤੁਝੇ ਸਾਨੂੰ ਇੱਕ ਰਾਹ ਦਿਖਾਇਆ ਜਾ ਰਿਹਾ ਤੇ ਇਸ ਰਾਹ ਨੂੰ ਫੋਲੋ ਕਰਨਾ ਚਾਹੀਦਾ ਹੈ ਔਰ ਇਹਨੂੰ ਫੋਲੋ ਕਰਕੇ ਮਨੁੱਖਤਾ ਦੀ ਸੇਵਾ ਵਾਲੇ ਪਾਸੇ ਪੈਣਾ ਚਾਹੀਦਾ ਸਾਨੂੰ ਐਸ ਵੇਲੇ ਲੋੜ ਸਿੱਖ ਭਾਈਚਾਰੇ ਨੂੰ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਐਵਰੇਜ ਜਿਹੜੀ ਹੈਗੀ ਹੈ ਸਿੱਖਾਂ ਦੀ ਜਿਹੜੀ ਆਪਾਂ ਕਹੀਏ ਗਿਣਤੀ ਪੜਿਆ ਲਿਖਿਆ ਦੀ ਸੀ ਅੱਜ ਜੀ ਬਹੁਤ ਪਛੜ ਗਏ ਹੁਣ ਸਿੱਖਿਆ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਜਿਹੜੀ ਹੈਗਾ ਸਿੱਤ ਸਭਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਤਖਤ ਹਜੂਰ ਸਾਹਿਬ ਦੀ ਮੈਨੇਜਮੈਂਟ ਨੇ ਸਾਨੂੰ ਕਿਹਾ ਅਧਖਾ ਜੀ ਬਿਲਕੁਲ ਜੀ ਸੋ ਖਬਰਾਂ ਦੇ ਉੱਤੇ ਚਾਤ ਪਾਉਣ ਦੇ ਲਈ ਬਹੁਤ-ਬਹੁਤ ਧੰਨਵਾਦ ਬਖਤੌਰ ਸਿੰਘ ਢਿੱਲੋਂ ਜੀ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ ਸੋ ਸਰੋਤਿਓ ਹੁਣ ਅਸੀਂ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮਾਦਾਨ ਦੇ ਵਿੱਚ ਤੇ ਅਸੀਂ ਇੱਕ ਬਹੁਤ ਹੀ ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਅਸੀਂ ਬਠਿੰਡਾ ਦੇ ਵਿੱਚ ਸੇਵਾ ਸੁਸਾਇਟੀਆਂ ਜੋ ਵੀ ਚੱਲ ਰਹੀਆਂ ਹਨ ਬਹੁਤ ਸਾਰੀਆਂ ਸੁਸਾਇਟੀਆਂ ਵੱਲੋਂ ਜਿੱਥੇ ਕਿ ਹੋਰ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਉਹਨਾਂ ਵੱਲੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਕਿ ਬਠਿੰਡਾ ਦੇ ਵਿੱਚ ਕੁਝ ਜੀ ਸੋਸਾਇਟੀਆਂ ਮਿਲ ਕੇ ਦੋ ਦੋ ਕੋਵਿਡ ਸੈਂਟਰ ਵੀ ਚਲਾ ਰਹੀਆਂ ਹਨ ਸੋ ਉਸ ਵਿਸ਼ੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਾਜ਼ਰ ਰਹਿਣਗੇ ਬਠਿੰਡਾ ਦੇ ਬਹੁਤ ਹੀ ਮਸ਼ਹੂਰ ਵਿਸ਼ਵ ਪ੍ਰਸਿੱਧ ਆਰਟਿਸਟ ਗੁਰਪ੍ਰੀਤਾ ਬਠਿੰਡਾ ਜੀ ਜੋ ਇੱਕ ਕਲਾਕਾਰ ਤਾਂ ਹਨ ਨਾਲ ਇੱਕ ਸੁਚੇਤ ਨਾਗਰਿਕ ਵੀ ਹਨ ਸੋ ਉਹ ਵੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ ਤੇ ਇਸ ਅਹਿਮ ਮੁੱਦੇ ਉੱਤੇ ਗੱਲਬਾਤ ਕਰਨਗੇ ਫਿਲਹਾਲ ਪ੍ਰੋਗਰਾਮ ਸ਼ਾਮਾਂਦਾਨ ਦੇ ਵਿੱਚ ਲੈਣੇ ਹਨ ਜੀ ਇੱਕ ਬ੍ਰੇਕ ਮੰਦਾਨ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

761 797 342 ਪਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਛੋ ਜੋ ਪਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ ਮਾਡਲ ਟਾਊਨ ਪੁਚੋ ਵਿੱਚ 플ੌਟ ਲੈਂ ਲਈ ਸੰਪਰਕ ਕਰੋ 9998883600 ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ ਉਹ ਯਾਰ ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰੋ ਜੀ ਹਾਂ ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਦਾ ਤਜਰਬੇ ਵਾਲੇ ਡਰਾਈਵਰਜ਼ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆਂ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ लैंडस्केपिंग ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟ੍ਰੱਕ ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਬਦਿਆ ਸਰਵਿਸ ਲਈ ਕੁਇਕ ਟ੍ਰੱਕ ਕਲੂਬ ਲੋਜੀ 3G ਲੋਕੇਸ਼ਨ ਵੀ ਖੋਲਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਕੁਇਕ ਟ੍ਰੱਕ ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ ja quicktruckclub.com qtl ਬਿਕੋਜ਼ ਵੀ ਕੇਅਰ fuck you ਜੇ ਵੀ ਟਰੱਕ ਰਿਪੇਅਰ ਯੂਪਾ ਸਿਟੀ ਸਰਟੀਫਾਈਡ ਕਯੂਮਿੰਸ ਡੈਟਰਾਇਟ ਫ੍ਰੇਟ ਲਾਈਨਰ ਵੈਸਟਰਨ ਸਟਾਰ ਵਾਲ沃 ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ 5 ਸਾਲ ਦਾ ਫ੍ਰੇਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ ਇਹ ਇੰਜਨ ਟਰੱਕ ਟ੍ਰੇਲਰ AC ਇਲੈਕਟ੍ਰੀਕਲ DPF ਤੇ DEF ਰਿਪੇਅਰ ਕਰਦੇ ਹਨ ਟਰਾਂਸਮਿਸ਼ਨ ਰੀਅਰ ਐਂਡ ਬ੍ਰੇਕਸ ਆਇਲ ਚੇਂਜ ਕਰ ਦਿੰਦੇ ਹਨ ਸਰਟੀਫਾਈਡ 90 ਡੇ ਡੀਓਟੀ ਇਨਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇਨਸਪੈਕਸ਼ਨ ਕੀਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ